ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ, ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ, ਵਿਰਦੀ ਕਲੋਬਸ, ਸਤਨਾਮ ਸਿੰਘ, ਸ਼ੇਰ ਗਿੱਲ, ਸਲਮਾ, ਬਖਸ਼ੀਸ਼ ਸਿੰਘ, ਕ੍ਰਦਰ, ਸੁਰਿੰਦਰ ਸਿੰਘ ਗਿੱਲ, ਸਟੋਕਟਨ, ਮਨਜੀਤ ਸਿੰਘ ਦਿਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੰਧੀ, ਤਲਵਨ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾਂ ਸਿੰਘ ਜੜੀਆ, ਫਰਜਨੋ, ਮਨਦੀਪ ਸਿੰਘ ਸੈਨੋਜੇ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਦਰਸ਼ਨ ਸਿੰਘ, ਰਘਵੀਰ ਕੌਰ ਸਲਮਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲ ਕਰਦੇ ਹਾਂ ਜੀ ਚੀਨ ਦੀ, ਚੀਨ ਨੇ ਨਵੇਂ ਕੈਂਪ ਸਥਾਪਿਤ ਕੀਤੇ। ਆਪਾਂ ਦੋ ਤਿੰਨ ਦਿਨ ਤੋਂ ਜਿਹੜਾ ਜੀ ਦੱਸ ਰਹੇ ਹਾਂ ਕਿ ਇੱਥੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਉਹਦੇ ਉਲਟਾ ਜਿਹੜੀ ਕਹਾਣੀ, ਦਾਅਵੇ ਤਾਂ ਕੀਤੇ ਜਾ ਰਹੇ ਆ ਕਿ ਚੁੱਕ ਗਿਆ ਡਰੈਗਨ, ਡਰੈਗਨ ਉਹ ਹੋ ਗਿਆ, ਆਹ ਹੋ ਗਿਆ, ਜਿਹੜੇ ਇੱਥੇ ਆ ਗੋਦੀ ਮੀਡੀਆ ਜੀ ਉਹ ਇਸ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਵੀ ਉੱਥੇ ਸਾਰਾ ਕੁਛ ਜਿਹੜਾ ਜੀ ਉਹ ਕੰਟਰੋਲ 'ਚ ਹੋ ਗਿਆ, ਕੋਈ ਗੱਲਬਾਤ ਹੀ ਨਹੀਂ। ਪਰ ਇਹਦੀ ਅਸਲ ਜਿਹੜੀ ਕਹਾਣੀ ਹੈ ਜੀ ਉਹ ਬਿਲਕੁਲ ਡਿਫਰੈਂਟ ਹੈ। ਅਸਲ ਕੰਟਰੋਲ ਰੇਖਾ ਦੇ ਉੱਤੇ ਤਲਖੀ ਨੂੰ ਘਟਾਉਣ ਦੇ ਵਾਸਤੇ ਬੇਸ਼ੱਕ ਦੋਨਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਜਿਹੜੀ ਹੈ ਜੀ ਉਹ ਸਹੀ ਢੰਗ ਦੇ ਨਾਲ ਹੋਈ ਆ। ਫੌਜਾਂ ਨੂੰ ਪੜਾਅਵਾਰ ਪਿੱਛੇ ਹਟਾਉਣ ਦੀ ਸਹਿਮਤੀ ਦਿੱਤੀ ਗਈ ਆ। ਇਹਦੇ ਬਾਵਜੂਦ ਪੂਰਬੀ ਲੱਦਾਖ ਦੇ ਵਿੱਚ ਅਹਿਮ ਜਿਹੜੇ ਖੇਤਰ ਆ ਜਿਹਦੇ ਵਿੱਚ ਗਲਵਾਨ ਘਾਟੀ, ਹੌਟ ਸਪ੍ਰਿੰਗ, ਡੈਪਸਾਂਗ, ਪੈਂਗੋਂਗ ਝੀਲ, ਇੱਥੇ ਹਾਲਾਤ ਅਜੇ ਵੀ ਨਾਜ਼ੁਕ ਬਣੇ ਹੋਏ ਆ। ਚਾਈਨੀਜ਼ ਫੌਜ ਨੇ ਗਲਵਾਨ ਦੇ ਉੱਤਰ ਵਿੱਚ ਪੈਂਦੇ ਪਠਾਰੀ ਇਲਾਕੇ ਡੈਪਸਾਂਗ ਅਭਾਰ ਦੇ ਵਿੱਚ ਨਵਾਂ ਫਰੰਟ ਖੋਲ ਲਿਆ। ਭਾਰਤ ਨੇ ਜਿੱਥੇ ਅਸਲ ਕੰਟਰੋਲ ਰੇਖਾ ਦੇ ਨਾਲ ਫੌਜਾਂ ਦੀ ਨਫ਼ਰੀ ਵਧਾਉਣ ਦੇ ਨਾਲ ਸ੍ਰੀਨਗਰ ਤੇ ਲੇਹ ਸਣੇ ਹੋਰ ਅਹਿਮ ਫੌਜੀ ਹਵਾਈ ਅੱਡਿਆਂ ਤੇ ਜੰਗੀ ਜਹਾਜ਼ਾਂ ਦੀ ਤਾਇਨਾਤੀ ਜਿਹੜੀ ਉਹ ਕੀਤੀ ਆ। ਜਿਹੜਾ ਇਹ ਪਤਾ ਲੱਗਿਆ ਕਿ ਵਰਚੁਅਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਫੌਜਾਂ ਦਰਮਿਆਨ ਬਣੀ ਤਲਖੀ ਲਈ ਪੇਚਿੰਗ ਸਿਰ ਭਾਰਤ ਨੇ ਭਾਂਡਾ ਜਿਹੜਾ ਜੀ ਉਹ ਭੰਨਿਆ। ਚਾਈਨਾ ਜਿਹੜਾ ਜੀ ਉਹ ਭਾਰਤ ਦੇ ਸਿਰ ਦੇ ਉੱਤੇ ਇਹ ਭਾਂਡਾ ਭੰਨੀ ਜਾਂਦਾ। ਔਰ ਜਿਹੜੇ ਇੱਥੇ ਇਹ ਵੀ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਬ੍ਰਿਟੇਨ ਦੇ ਵੱਲੋਂ ਭਾਰਤ ਤੇ ਚੀਨ ਨੂੰ ਗੱਲਬਾਤ ਦੀ ਅਪੀਲ ਜਿਹੜੀ ਆ ਉਹ ਕੀਤੀ ਗਈ ਆ। ਹਾਊਸ ਆਫ ਕਾਮਨਸ ਦੇ ਵਿੱਚ ਪ੍ਰਧਾਨ ਮੰਤਰੀ ਜਿਹੜੇ ਬ੍ਰਿਟੇਨ ਦੇ ਨੇ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਭਾਰਤ ਤੇ ਚੀਨ ਨੂੰ ਆਪਣੀਆਂ ਸਰਹੱਦਾਂ ਦੇ ਮਸਲੇ ਸੁਲਝਾਉਣ ਦੇ ਵਾਸਤੇ ਗੱਲਬਾਤ ਦਾ ਰਾਹ ਜਿਹੜਾ ਜੀ ਉਹ ਅਖਤਿਆਰ ਕਰਨਾ ਜਿਹੜਾ ਉਹ ਚਾਹੀਦਾ। ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਹੈਂਡਲ ਕੀਤਾ ਜਾ ਰਿਹਾ ਭਾਰਤ ਦੇ ਵੱਲੋਂ ਉਹ ਬਹੁਤੇ ਲੋਕਾਂ ਨੂੰ ਹੈਰਾਨੀ ਦੇ ਵਿੱਚ ਜਿਹੜਾ ਜੀ ਉਹ ਪਾ ਰਿਹਾ। ਹੈਰਾਨੀ ਦੇ ਵਿੱਚ ਇਸ ਪੱਖੋਂ ਪਾ ਰਿਹਾ ਕਿ ਲੋਕਾਂ ਨੂੰ ਇਹ ਦੱਸਿਆ ਨਹੀਂ ਜਾ ਰਿਹਾ ਕਿ ਮੌਜੂਦਾ ਸਥਿਤੀ ਜਿਹੜੀ ਉੱਥੋਂ ਦੀ ਕੀ ਆ। ਜਾਂ ਤਾਂ ਬਿਲਕੁਲ ਚੁੱਪ ਜਿਹੜੀ ਜੀ ਉਹ ਧਾਰੀ ਹੋਈ ਹੈ, ਜਾਂ ਫਿਰ ਜਿਹੜੀਆਂ ਜੀ ਉਹ ਗਲਤ ਗੱਲਾਂ ਜੋ ਕਿਹਾ ਗਿਆ ਸੀਗਾ ਜੀ ਕਿ ਸਾਡੇ ਖੇਤਰ ਦੇ ਵਿੱਚ ਕੋਈ ਨਹੀਂ ਆਇਆ, ਸਾਡੇ ਕੋਈ ਫੌਜੀ ਉਹਨਾਂ ਦੇ ਕਬਜ਼ੇ ਦੇ ਹੇਠ ਨਹੀਂ, ਉਦੋਂ ਕਿਹਾ ਜਾ ਰਿਹਾ ਸੀ ਜਦੋਂ ਦੂਜੇ ਪਾਸੇ 12 ਦੇ ਕਰੀਬ ਜਿਹੜੇ ਜਵਾਨ ਸੀ ਉਹਨਾਂ ਨੂੰ ਛੁਡਵਾਇਆ ਜਾ ਰਿਹਾ ਸੀ ਔਰ 20 ਜਿਹੜੇ ਆ ਉਹ ਸ਼ਹੀਦ ਹੋ ਚੁੱਕੇ ਜੀ। ਅਤੇ ਅੱਗੇ ਗੱਲ ਕਰਦੇ ਹੈਗੇ ਆ, ਪੱਟੀ ਦੇ ਕੋਲ ਕਤਲ ਕੀਤੇ ਗਏ ਸੀ ਉਹਦੇ ਵਿੱਚ ਇਹੀ ਸਾਹਮਣੇ ਆ ਰਿਹਾ ਕਿ ਉਹਨਾਂ ਦੇ ਮੁੰਡੇ ਨੇ ਕਤਲ ਕੀਤੇ ਸੀ। ਦੇਖੋ ਇੱਕ ਤਾਂ ਇਹ ਜੀ ਕਿ ਕਤਲ ਇੰਨੇ ਹੋ ਰਹੇ ਆ ਕਿ ਜਿਹੜੇ ਲੰਘੇ 24 ਘੰਟੇ ਆ ਉਹਦੇ ਵਿੱਚ 11 ਕਤਲ ਪੰਜਾਬ ਦੇ ਵਿੱਚ ਹੋਏ ਆ ਜੀ, 11। ਔਰ ਇਹਦੇ ਵਿੱਚ ਇੱਕ ਪਰਿਵਾਰ ਦੇ ਜਿਹੜਾ ਜੀ ਉਹ 5 ਜਣੇ ਜਿਹੜੇ ਸੀਗੇ ਉਹ ਮਾਰੇ ਗਏ। ਇਹ ਪੱਟੀ ਦਾ ਪਿੰਡ ਹੈ ਜੀ, ਕੈਰੋਂ ਪ੍ਰਸਿੱਧ ਪਿੰਡ ਆ। ਇੱਥੇ ਇਹ ਡਰੱਗ ਤਸਕਰ ਦਾ ਪਰਿਵਾਰ ਸੀਗਾ। 5 ਮੈਂਬਰਾਂ ਨੂੰ ਮੁੱਖ ਜਿਹੜਾ ਮੈਂਬਰ ਸੀ ਪਰਿਵਾਰ ਦਾ, ਉਹਦਾ ਪਿਓ ਮੁੰਡੇ ਦਾ, ਉਹਦਾ ਕਤਲ ਜਿਹੜਾ ਜੀ ਹੋ ਗਿਆ। ਇਹ ਜਿਹੜਾ ਪੈਸਾ ਆਉਂਦਾ ਤਸਕਰੀ ਦਾ ਉਹਨੂੰ ਲੈਣ ਦੇਣ ਨੂੰ ਲੈ ਕੇ ਲੜਾਈ ਦੇ ਵਿੱਚ ਮੁੰਡੇ ਨੇ ਹੀ ਘਰਦੇ ਨੇ ਆਪਣਾ ਪਿਓ, ਭਰਾ, 2 ਭਾਬੀਆਂ ਤੇ 1 ਡਰਾਈਵਰ ਦੀ ਜਿਹੜਾ ਜੀ ਉਹ ਕਤਲ ਕਰ ਦਿੱਤਾ। ਗੁਰਜੰਟ ਹੈਰੀ ਜੀ ਨੇ ਆਪਣੇ ਕੁਛ ਸਾਥੀਆਂ ਦੇ ਨਾਲ ਮਿਲ ਕੇ ਤੇਜ਼ ਧਾਰ ਹਥਿਆਰ ਜਿਹੜੇ ਸੀ, ਕਿਰਪਾਨਾਂ, ਕਿਰਚਾਂ ਜਿਹੜੀਆਂ ਸੀ ਉਹ ਲੈ ਕੇ ਇੱਥੇ ਕਤਲ ਜਿਹੜੇ ਕੀਤੇ। ਘਟਨਾ ਦੇ ਵੇਲੇ ਪਰਿਵਾਰ ਦੇ 4 ਬੱਚੇ ਘਰ ਸੀਗੇ ਜਿਨ੍ਹਾਂ ਨੂੰ ਗੁਰਜੰਟ ਨੇ ਕਮਰੇ 'ਚ ਬੰਦ ਕਰਤਾ। ਇਹਨਾਂ ਦੇ ਵਿੱਚ 6 ਸਾਲ ਦੀ ਬੱਚੀ ਨੇ ਸਵੇਰੇ 6 ਵਜੇ ਗੁਆਂਢੀਆਂ ਨੂੰ ਇਸ ਸਾਰੇ ਸਮੂਹਕ ਹੱਤਿਆਕਾਂਡ ਦੀ ਸੂਚਨਾ ਦਿੱਤੀ। 7 ਵਜੇ ਜਿਹੜੀ ਸੀ ਉਹ ਪੁਲਿਸ ਪਹੁੰਚੀ ਇੱਥੇ ਔਰ ਗੁਰਜੰਟ ਨੂੰ ਪਿੰਡ ਦੇ ਨੇੜਿਓਂ ਨਸ਼ੇ ਦੀ ਹਾਲਤ ਦੇ ਵਿੱਚ ਅਰੈਸਟ ਕਰ ਲਿਆ।
ਉਹ ਉਸ ਟਾਈਮ ਵੀ ਉਹਨੇ ਨਸ਼ਾ ਕੀਤਾ ਹੋਇਆ ਸੀਗਾ। ਘਰ ਚੋਂ ਲੱਖਾਂ ਰੁਪਈਏ ਗਾਇਬ ਜਿਹੜੇ ਜੀ ਉਹ ਦੱਸੇ ਜਾ ਰਹੇ ਆ। ਬ੍ਰਿਜ ਲਾਲ ਧੱਤੂ 55 ਵਰਿਆਂ ਦਾ ਜਿਹੜਾ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਪਿਛਲੇ 1 ਦਹਾਕੇ ਤੋਂ ਸੀ, ਔਰ ਇਹ ਇਕੱਲਾ ਨੀ, ਇਹਦਾ ਟੱਬਰ ਵੀ ਇਹੀ ਕੰਮ ਜਿਹੜਾ ਜੀ ਉਹ ਕਰਦਾ ਸੀਗਾ। ਜਿਹੜਾ ਬ੍ਰਿਜ ਲਾਲ ਧੱਤੂ ਆ ਇਹਨੇ ਆਪਣੇ ਦੋਨੋਂ ਮੁੰਡਿਆਂ ਨੂੰ ਕਈ ਵਾਰੀ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਭਰਤੀ ਕਰਾਇਆ ਸੀ, ਇੱਕ ਗੁਰਜੰਟ ਨੂੰ, ਦੂਜਾ ਜਿਹੜਾ ਮਾਰਿਆ ਗਿਆ ਉਹ ਦਲਜੀਤ, ਉਹਨੂੰ ਨਸ਼ਾ ਛੱਡਿਆ ਨੀ ਜਿਹੜਾ ਜੀ ਉਹ ਗਿਆ। ਬ੍ਰਿਜ ਲਾਲ ਧੱਤੂ ਦੇ ਹਾਲਾਤ ਇਹ ਸੀਗੇ ਕਿ ਉਹਦੇ ਪੈਰ ਗਲ ਗਏ ਪਿਛਲੇ ਕੁਛ ਤੋਂ, ਚੱਲ ਫਿਰ ਨਹੀਂ ਸੀ ਬਹੁਤਾ ਥੱਕਦਾ ਜੀ, ਔਰ ਪੈਸਾ ਜਿਹੜਾ ਜੀ ਇੱਥੇ ਪਿਆ ਰਹਿ ਗਿਆ। ਪੱਟੀ ਦੇ ਖੇਤਰ ਦੇ ਵਿੱਚ ਕਿੰਨੇ ਘਰ ਉੱਜੜੇ ਆ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਕੁਛ ਵਰੇ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤੇ ਇਹ 17 ਦੀਆਂ ਚੋਣਾਂ ਤੋਂ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਾ ਮੈਨੂੰ ਉਹ ਯਾਦ ਆਉਂਦਾ, ਇੱਕ ਪਿਓ ਨੇ ਆਪਣੇ ਪੁੱਤ ਦੇ ਖੱਪਣ ਦੇ ਉੱਤੇ ਜਿਹੜਾ ਜੀ ਲਿਖਿਆ ਸੀਗਾ ਵੀ ਸਿਆਸਤਦਾਨੋਂ ਇੰਨਾ ਹੀ ਵਾਅਦਾ ਕਰ ਦਿਓ ਵੀ ਮੇਰੇ ਪੁੱਤ ਦੀ ਲਾਸ਼ ਜਿਹੜੀ ਆ ਉਹ ਇਹ ਆਖਰੀ ਲਾਸ਼ ਹੋਊਗੀ ਇਸ ਏਰੀਏ 'ਚ ਉੱਠਣ ਵਾਲੀ, ਜਿਹੜਾ ਕਿ ਡਰੱਗ ਦੇ ਨਾਲ ਮਰ ਗਿਆ ਸੀ। ਕਿਤੇ ਨਾ ਕਿਤੇ ਉਹਨਾਂ ਮਾਪਿਆਂ ਦੀਆਂ ਬਦਦੁਆਵਾਂ ਜਿਹੜੀਆਂ ਦੀ ਉਹ ਕਈਆਂ ਜਾ ਸਕਦੀਆਂ ਨੇ। ਇਹ ਸਾਰੇ ਨਸ਼ਾ ਕਰਦੇ ਸੀ, ਸਾਰੇ ਤਸਕਰੀ ਦੇ ਵਿੱਚ ਸੀਗੇ। ਪੱਟੀ, ਤਰਨ ਤਾਰਨ, ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਉੱਤੇ 48 ਤੋਂ ਜ਼ਿਆਦਾ ਕੇਸ ਜਿਹੜੇ ਜੀ ਉਹ ਦਰਜ ਸੀਗੇ। ਜਿਹੜਾ ਇਹ ਬ੍ਰਿਜ ਲਾਲ ਧੱਤੂ ਆ ਇਹਦੀ ਜਿਹੜੀ ਮਾਂ ਉਹ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ। 22 ਮਈ ਨੂੰ ਉਹਦੀ ਜੇਲ੍ਹ ਦੇ ਵਿੱਚ ਭੇਦ ਭਰੇ ਹਾਲਾਤਾਂ ਦੇ ਵਿੱਚ ਜਿਹੜੀ ਜੀ ਉਹ ਮੌਤ ਹੋ, ਔਰ ਉਹ ਉੱਥੇ ਮਰ ਗਈ। ਇਹ ਸਾਰਾ ਟੱਬਰ ਜਿਹੜਾ ਜੀ ਉਹ ਮੁੰਡੇ ਨੇ ਮਾਰਤਾ, ਉਹ ਕਤਲ ਦੇ ਮਾਮਲੇ ਦੇ ਵਿੱਚ ਫੜਿਆ ਗਿਆ। ਭੋਰਾ ਭੋਰਾ ਜਿਹੜੇ ਜੀ ਉਹ ਬੱਚੇ ਰਹਿ ਗਏ ਰੁਲਣ ਦੇ ਵਾਸਤੇ, ਪਤਾ ਨੀ ਕਿੰਨੇ ਬੱਚੇ ਇਹਨਾਂ ਨੇ ਜਿਹੜੇ ਜੀ ਉਹ ਰੋਲੇ ਇਸ ਏਰੀਏ ਦੇ ਵਿੱਚ, ਕਿੰਨੇ ਮਾਪੇ ਜਿਹੜੇ ਸੀਗੇ ਜੀ ਉਹਨਾਂ ਨੂੰ ਇਹਨਾਂ ਨੇ ਜਿਹੜਾ ਜੀ ਉਹ ਰਵਾਇਆ, ਜਿੱਥੇ ਇਹ ਕਤਲ ਇਸ ਵੇਲੇ ਲੋਕਾਂ ਦੇ ਵਾਸਤੇ ਦੰਦ ਕਥਾ ਜਿਹੜੇ ਜੀ ਉਹ ਬਣੇ ਹੋਏ ਆ। ਉੱਥੇ ਡਰੱਗ ਦਾ ਪੈਸਾ ਟੱਬਰਾਂ ਦੇ ਕੀ ਹਾਲਾਤ ਕਰ ਦਿੰਦਾ ਜੀ, ਇਹਨੂੰ ਲੈ ਕੇ ਵੀ ਲੋਕਾਂ 'ਚ ਵੱਡੀ ਚਰਚਾ। ਤਾਂ ਵੀ ਕੋਈ ਹਟਣ ਦਾ ਨਾਂ ਨਹੀਂ ਜੀ ਲੈ ਰਿਹਾ। ਤੇ ਅੱਗੇ ਗੱਲ ਕਰਦੇ ਹਾਂ, ਇੱਕ ਮਹਾਮਾਰੀ ਕਰੋਨਾ ਆ ਉਸ ਨੂੰ ਲੈ ਕੇ ਸਾਰੇ ਦੇਸ਼ ਲੜਾਈ ਲੜਨ ਲੱਗੇ ਆ, ਪਰ ਭਾਰਤ ਦੇ ਵਿੱਚ ਕਾਂਗਰਸੀ ਤੇ ਭਾਜਪਾ ਹੀ ਆ, ਉਹ ਐਮਰਜੈਂਸੀ ਦੇ ਦੌਰਾਨ ਜੋ ਕੁਝ ਹੋਇਆ ਉਸ ਨੂੰ ਲੈ ਕੇ ਮਿਹਣੋ ਕਮਿਹਣੀ ਹੋ ਰਹੇ। ਦੇਖੋ ਜੀ, ਕਰੋਨਾ ਚੱਲ ਰਿਹਾ, ਦੂਜਾ ਕਰੋਨਾ ਜਿਹੜਾ ਲੋਕਾਂ ਨੂੰ ਲੱਗ ਰਿਹਾ ਜੀ ਉਹ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ। ਇੱਥੇ 18-19 ਦਿਨ ਹੋ ਗਏ ਆ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਵਧਿਆ ਹੋਇਆ। ਪਹਿਲੀ ਵਾਰੀ ਆ ਮੁਲਕ ਦੇ ਵਿੱਚ ਜਿਹੜਾ ਜੀ ਪੈਟਰੋਲ ਜਿਹੜਾ ਜੀ ਉਹ ਘੱਟ ਗਿਆ ਤੇ ਡੀਜ਼ਲ ਅੱਪ ਚਲੇ ਗਿਆ। ਡੀਜ਼ਲ ਦੇ ਨਾਲ ਸਿੱਧੀ ਟਰਾਂਸਪੋਰਟੇਸ਼ਨ ਤੇ ਖਾਸ ਤੌਰ ਦੇ ਉੱਤੇ ਕਿਸਾਨ ਭਾਈਚਾਰਾ ਜੁੜਿਆ ਹੋਇਆ। ਜਦੋਂ ਝੋਨੇ ਦੀ ਫਸਲ ਲੱਗ ਰਹੀ ਆ ਉਸ ਟਾਈਮ ਕਿਸਾਨਾਂ ਦਾ ਧੂੰਆਂ, ਟਰਾਂਸਪੋਰਟਰਾਂ ਦਾ ਧੂੰਆਂ ਜਿਹੜਾ ਜੀ ਉਹ ਕੱਢ ਕੇ ਰੱਖਿਆ ਪਿਆ ਕੇਂਦਰ ਦੀ ਸਰਕਾਰ ਨੇ, ਪਰ ਕੇਂਦਰ ਦੀ ਸਰਕਾਰ ਜਿਹੜੀ ਆ ਜੀ ਉਹਦੀ ਸਿਹਤ ਦੇ ਉੱਤੇ ਇਸ ਕਰਕੇ ਕੋਈ ਅਸਰ ਨਹੀਂ ਹੋ ਰਿਹਾ ਕਿਸੇ ਚੀਜ਼ ਦਾ। ਉਹਨੂੰ ਪਤਾ ਅਜੇ ਉਹਦੇ 4 ਸਾਲ ਪਏ ਆ, ਉਦੋਂ ਤੱਕ ਲੋਕਾਂ ਨੇ ਸਭ ਜਿਹੜਾ ਜੀ ਉਹ ਭੁੱਲ ਭੁਲਾ ਜਾਣਾ। ਉਹ ਐਮਰਜੈਂਸੀ ਦੀ ਵਰੇ ਗੰਢ ਜਿਹੜੀ ਆ ਜੀ ਉਹ ਮਨਾ ਰਹੇ ਆ। ਇਹ ਕਿਹਾ ਕਿ 25 ਜੂਨ 1975 ਦੇ ਵਿੱਚ ਦੇਸ਼ ਦੇ ਵਿੱਚ ਐਮਰਜੈਂਸੀ ਇੰਦਰਾ ਗਾਂਧੀ ਹੋਰਾਂ ਨੇ ਲਾਈ ਗਈ ਸੀ, ਹਿੰਦੀ ਦੇ ਵਿੱਚ ਕੀਤਾ ਪ੍ਰਧਾਨ ਮੰਤਰੀ ਨੇ। ਇਹ ਕਿਹਾ ਕਿ ਦੇਸ਼ ਦੇ ਵਿੱਚ 45 ਵਰੇ ਪਹਿਲਾਂ ਐਮਰਜੈਂਸੀ ਲਾਈ ਗਈ ਸੀ। ਮੈਂ ਉਹਨਾਂ ਲੋਕਾਂ ਨੂੰ ਸਲਾਮ ਕਰਦਾ ਜੋ ਉਦੋਂ ਦੇਸ਼ ਦਾ ਲੋਕਤੰਤਰ ਬਚਾਉਣ ਲਈ ਲੜੇ ਤੇ ਤਸੀਹੇ ਝੱਲੇ। ਦੂਜਾ ਪੱਖ ਸੁਣ ਲਓ ਜਿਹੜਾ ਇਹਦਾ ਜਿਹੜਾ ਵੀ ਉਹ ਹੈਗਾ ਕਿ ਇਸ ਵੇਲੇ ਜੇ ਕਿਸੇ ਇੱਕ ਪੱਤਰਕਾਰ ਔਰਤ ਨੇ ਇਹ ਲਿਖ ਦਿੱਤਾ ਵੀ ਜਿਹੜਾ ਤੁਸੀਂ ਪਿੰਡ ਗੋਦ ਲਿਆ ਸੀ ਉੱਥੇ ਤਾਂ ਭੁੱਖ ਨਾ ਮਰ ਗਏ, ਉਹਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਦੇ ਕੇ ਅੰਦਰ ਦਿੱਤੀ ਹੋਈ ਆ। ਔਰਤ ਜਿਹੜੇ ਇਹ ਸਟੂਡੈਂਟ ਦੀ ਲੜਾਈ ਹੋਈ ਸੀ ਉਹਦੇ ਵਿੱਚ ਇੱਕ ਗਰਭਵਤੀ ਜਿਹੜੀ ਔਰਤ ਆ ਉਹਦੀ ਹੁਣ ਜ਼ਮਾਨਤ ਜਿਹੜੀ ਆ ਜੀ ਉਹ ਹੋਈ ਆ। ਕਿੰਨੇ ਪੱਤਰਕਾਰ ਜਿਹੜੇ ਜੀ ਉਹ ਅੰਦਰ ਦਿੱਤੇ ਹੋਏ ਆ। ਮੌਜੂਦਾ ਕੀ ਹਾਲਾਤ ਜਿਹੜੇ ਨੇ ਉਹ ਐਮਰਜੈਂਸੀ ਤੋਂ ਘੱਟ ਨੇ, ਇਹਦੇ ਬਾਵਜੂਦ ਜਿਹੜਾ ਜੀ ਉਹ ਇਹ ਕਹਿ ਰਹੇ ਆ ਕਿ ਮੈਂ ਲੋਕਤੰਤਰ ਉਹਨਾਂ ਲੋਕਾਂ ਨੂੰ ਜਿਹੜਾ ਜੀ ਉਹ ਸਲਾਮ ਕਰਦਾ ਜਿਹਨਾਂ ਨੇ ਲੋਕਤੰਤਰ ਨੂੰ ਬਚਾਉਣ ਲਈ ਲੜੇ ਤੇ ਤਸੀਹੇ ਝੱਲੇ। ਅੱਜ ਵੀ ਉਹੀ ਤਸੀਹੇ ਜਿਹੜੇ ਉਹ ਝੱਲੇ ਜਾ ਰਹੇ ਨੇ। ਉਧਰ ਜਿਹੜੀ ਕਾਂਗਰਸ ਹੈ ਉਹ ਵੀ ਉਹੀ ਜਿਹੜੀ ਇਲਜ਼ਾਮਬਾਜ਼ੀ ਉਹਦੇ ਵਿੱਚ ਉਹ ਵੀ ਉਹਨਾਂ ਕਾਂਗਰਸ ਨੇ ਸਵਾਲ ਕੀਤਾ ਕਿ ਬਹੁਮਤ ਵਾਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਹਨੂੰ 2 ਬੰਦਿਆਂ ਦੀ ਸਰਕਾਰ ਕਿਉਂ ਕਿਹਾ ਜਾਂਦਾ। ਇਹ ਟਵਿੱਟੋ ਟਵਿੱਟੀ ਜਿਹੜੇ ਦੀ ਉਹ ਸਾਰੇ ਹੁੰਦੇ ਨੇ। ਰਣਦੀਪ ਸੂਰਜੇਵਾਲਾ ਜਿਹੜੇ ਨੇ ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜਾ ਦੀ ਇਹ ਟਵੀਟ ਜਿਹੜਾ ਉਹ ਕੀਤਾ, ਔਰ ਇਹ ਗੱਲ ਜਿਹੜੀ ਕਹੀ ਕਿ ਭਾਜਪਾ ਨੂੰ ਜਵਾਬ ਦੇਣ ਦੀ ਜਿਹੜਾ ਦੀ ਉਹ ਲੋੜ ਆ ਕਿ 2 ਬੰਦੇ ਸਰਕਾਰ ਕਿਉਂ ਚਲਾ ਰਹੇ ਆ, ਔਰ ਇਹ ਕਿਉਂ ਕਿਹਾ ਜਾਂਦਾ ਕਿ 2 ਬੰਦਿਆਂ ਦੀ ਸਰਕਾਰ ਹੈ ਤੇ ਬਾਕੀ ਜਿਹੜੇ ਉਹ ਸਹਾਇਕ ਕਿਉਂ ਨੇ, ਵਿਧਾਇਕਾਂ ਦੀ ਖਰੀਦੋ ਫਰੋ ਸਰਕਾਰਾਂ ਭੰਗ ਕਰਕੇ ਕਬਜ਼ੇ ਕਰਨੇ, ਇਹ ਵਿਰਾਸਤ ਜਿਹੜੀ ਆ ਜੀ ਉਹ ਕਿਉਂ ਆ।
ਮਤਲਬ ਕਿ ਅਹਿਮ ਮੁੱਦੇ ਤਾਂ ਮਹਾਂਮਾਰੀ ਆ, ਅਹਿਮ ਮੁੱਦਾ ਇਹ ਵੀ ਆ ਕਿ ਜੇ ਮਹਾਂਮਾਰੀ ਤੋਂ ਬਚ ਗਏ ਤੇ ਤੁਹਾਡਾ ਖੂਨ ਇੰਨਾ ਕੁ ਮਹਿੰਗਾਈ ਜਿਹੜਾ ਦੀ ਉਹ ਨਿਚੋੜ ਦੂਗੀ, ਫਿਰ ਬਚਣਾ ਜਿਹੜਾ ਦੀ ਉਹ ਔਖਾ ਹੋ ਜਾਣਾ। ਆਰਡੀਨੈਂਸ ਤੇ ਆਰਡੀਨੈਂਸ ਜਿਹੜੇ ਵੀ ਉਹ ਜਾਰੀ ਕੀਤੇ ਜਾ ਰਹੇ ਨੇ, ਸਭ ਧਿਆਨ ਹਟਾਉਣ ਦੇ ਵਾਸਤੇ ਤੁਸੀਂ ਕਹਿ ਲਓ ਐਮਰਜੈਂਸੀ ਨੂੰ ਯਾਦ ਜਿਹੜਾ ਦੀ ਉਹ ਕੀਤਾ ਜਾ ਰਿਹਾ। ਕੀ ਐਮਰਜੈਂਸੀ ਉਦੋਂ ਹੀ ਸੀ, ਅੱਜ ਨਹੀਂ ਹੈ ਜੀ? ਹੁਣ ਤਾਂ ਉਹਦੇ ਨਾਲ ਵੀ ਭੈੜੀ ਲੱਗਦੀ ਆ ਜੋ ਕੁਛ ਹੋ ਰਿਹਾ ਇੰਡੀਆ ਦੇ ਵਿੱਚ। ਤਾਂ ਅੱਗੇ ਗੱਲ ਕਰਦੇ ਹਾਂ ਅਕਾਲੀ ਦਲ ਬਾਦਲ ਦੀ। ਉਹ ਅਕਾਲੀ ਦਲ ਬਾਦਲ ਦਾ ਪ੍ਰਧਾਨ ਸੁਖਵੀਰ ਬਾਦਲ ਆਰਡੀਨੈਂਸ ਦੇ ਮੁੱਦੇ ਦੇ ਉੱਤੇ ਘਿਰਿਆ। ਦੇਖੋ ਜਿਹੜੇ ਸਿਆਣੇ ਆ ਦੀ ਉਹ ਇਹ ਕਹਿੰਦੇ ਆ ਕਿ ਜੇ ਤੋਲ ਕੇ ਬੋਲਦੇ ਹੋ ਤੇ ਉਹ ਹਮੇਸ਼ਾ ਵਰਕ ਕਰਦਾ ਜੀ। ਜਿਹੜੀ ਪਰਸੋਂ ਸਰਬ ਪਾਰਟੀ ਮੀਟਿੰਗ ਹੋਈ ਸੀਗੀ ਉਹ ਬਾਹਰ ਤਾਂ ਨਹੀਂ ਸੀ ਆਉਣੀ ਬਹੁਤੀ ਜ਼ਿਆਦਾ, ਕੁਛ ਚੀਜ਼ਾਂ ਜਿਹੜੀਆਂ ਜੀ ਉਹ ਬਾਹਰ ਆ ਗਈਆਂ। ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਇਕਾਈ ਦੇ ਪ੍ਰਧਾਨ ਨੇ ਭਗਵੰਤ ਮਾਨ ਹੋਰਾਂ ਨੇ ਆਪਣਾ ਪਾਰਟ ਜਿਹੜਾ ਸੀਗਾ ਜੀ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ, ਕਿਉਂਕਿ ਉਹਦੇ ਵਿੱਚ ਉਹਨਾਂ ਸੁਖਬੀਰ ਬਾਦਲ ਦੇ ਉੱਤੇ ਕੁਛ ਸਵਾਲ ਦਾਗੇ, ਅਕਾਲੀ ਦਲ ਦੇ ਉੱਤੇ ਸਵਾਲ ਜਿਹੜੇ ਦੀ ਉਹ ਦਾਗੇ ਤਿੱਖੇ ਕਿ ਅਕਾਲੀ ਦਲ ਜਿਹੜਾ ਦੀ ਉਹਦਾ ਦੋਗਲਾ ਚਿਹਰਾ ਉਹ ਦਿੱਲੀ ਦੇ ਵਿੱਚ ਜਿਹੜਾ NCR ਹੈ ਉਹਦੀ ਜਿਹੜਾ ਜੀ ਸਪੋਰਟ ਕਰ ਦਿੰਦਾ, ਜਿਹੜਾ ਆਪਣੇ ਸਿਟੀਜ਼ਨਸ਼ਿਪ ਐਕਟ ਹੈ ਜੀ ਉਹਦੀ, ਔਰ ਉਹ ਪੰਜਾਬ ਦੇ ਵਿੱਚ ਆ ਕੇ ਉਹਦੀ ਵਿਰੋਧਤਾ ਸ਼ੁਰੂ ਕਰ ਦਿੰਦਾ। ਉਹ ਕਹਿੰਦੇ ਇਸੇ ਤਰੀਕੇ ਨਾਲ ਆਰਡੀਨੈਂਸ ਦੇ ਬਾਰੇ ਦੇ ਵਿੱਚ ਉਹ ਕਰ ਰਿਹਾ ਕਿ ਇਹ ਉੱਥੇ ਤਾਂ ਉਹਦੀ ਸਪੋਰਟ ਕਰੀ ਜਾਂਦਾ, ਹੁਣ ਇੱਥੇ ਜਿਹੜਾ ਕਿਵੇਂ ਕਹਿ ਸਕਦਾ ਕਿ ਮੈਂ ਇਹਦੇ ਵਿਰੋਧ ਦੇ ਵਿੱਚ ਹਾਂ। ਉਹਨੂੰ ਲੈ ਕੇ ਸੁਖਬੀਰ ਬਾਦਲ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਦੀ ਉਹ ਹੋਰ ਰੱਖ ਲਈ। ਉਹਦੇ ਵਿੱਚੋਂ ਕੱਟ ਵੱਢ ਕੇ ਆਪਣਾ ਜਿਹੜਾ ਸੀਗਾ ਜੀ ਉਹ ਪਾਰਟ ਪੱਤਰਕਾਰਾਂ ਨੂੰ ਵਿਖਾ ਦਿੱਤਾ, ਕਿਉਂਕਿ ਇਹ ਵੀਡੀਓ ਦੇ ਉੱਤੇ ਹੋਈ ਸੀ। ਕਹਿੰਦੇ ਸਾਨੂੰ ਪਤਾ ਸੀ ਕਾਂਗਰਸ ਝੂਠ ਬੋਲੂਗੀ ਤੇ ਅਸੀਂ ਇਹਦੀ ਰਿਕਾਰਡਿੰਗ ਜਿਹੜੀ ਦੀ ਉਹ ਕਰ ਲਈ ਸੀਗੀ। ਜਿਹੜਾ ਇਹ ਪਾਰਟ ਵਿਖਾਇਆ ਉਹਦੇ ਵਿੱਚ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੇ ਆਰਡੀਨੈਂਸ ਇਹ ਇਹਨਾਂ ਦਾ ਰੌਲਾ ਹੀ ਪਾਇਆ ਜਾ ਰਿਹਾ, ਇਹਦੇ ਵਿੱਚ ਕੁਛ ਨਹੀਂ ਹੈਗਾ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਵਾਰ ਵਾਰ ਉਹ ਇੱਕੋ ਗੱਲ ਦੇ ਉੱਤੇ ਜ਼ੋਰ ਦਿੰਦੇ ਰਹੇ ਕਿ ਮੈਨੂੰ ਇਹ ਦੱਸੋ ਕਿ MSP ਇੱਥੇ ਜਿਹੜੀ ਦੀ ਕਿੱਥੇ ਖਤਮ ਕੀਤੀ ਜਾ ਰਹੀ ਹੈ, ਇਹਦੇ ਵਿੱਚ ਲਾਈਨ ਦੱਸੋ ਕਿੱਥੇ ਪਾਈ ਹੋਈ ਹੈ MSP ਜਿਹੜੀ ਦੀ ਉਹ ਖਤਮ ਕੀਤੀ ਜਾ ਰਹੀ ਹੈ। ਜਿਹੜਾ ਲੁਕਵਾਂ ਇਹ ਏਜੰਡਾ ਕੇਂਦਰ ਦੀ ਸਰਕਾਰ ਦੇ ਵੱਲੋਂ ਲਾਗੂ ਕੀਤਾ ਜਾ ਰਿਹਾ ਉਹਨੂੰ ਸਮਝਣ ਦੀ ਬਜਾਏ ਉਹ ਇਸੇ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦੇਈ ਗਏ ਕਿ ਇਹ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਇਹ ਕੇਂਦਰ ਨੂੰ ਸਿਰਫ ਆਰਡੀਨੈਂਸਾਂ ਸੰਬੰਧੀ ਸਪਸ਼ਟੀਕਰਨ ਦੇਣ ਦੇ ਵਾਸਤੇ ਮੈਂ ਮਿਲਣ ਲਈ ਤਿਆਰ ਹਾਂ, ਪਰ ਇਹ ਨਹੀਂ ਹੋ ਸਕਦਾ ਕਿ ਮੈਂ ਆਰਡੀਨੈਂਸ ਦਾ ਜਿਹੜਾ ਦੀ ਉਹ ਵਿਰੋਧ ਕਰਾਂ। ਇਹ ਵੀ ਕਹਿੰਦੇ ਰਹੇ ਕਿ ਇਹ ਕਿਸਾਨਾਂ ਦੇ ਬਹੁਤ ਹੱਕ ਦੇ ਵਿੱਚ ਹੈ, ਕਿਸਾਨ ਇਹਦੇ ਨਾਲ ਮਾਲੋ ਮਾਲ ਜਿਹੜੇ ਦੀ ਉਹ ਹੋ ਜਾਣੇ ਆ। ਹਾਲਾਂਕਿ ਜਿਹੜੀ ਐਕਸਪਰਟ ਰਾਏ ਆ, ਜਿਹੜੀ ਗਲਤ ਹੁੰਦੀ ਨਾ ਪੜ੍ਹਨ ਦੀ ਵੀ ਕਿ ਤੁਸੀਂ ਕਿੰਨਾ ਕੁ ਪੜ੍ਹਦੇ ਹੋ, ਦੂਜਿਆਂ ਨੂੰ ਕਿੰਨਾ ਪੜ੍ਹਦੇ ਹੋ, ਦੂਜਿਆਂ ਨੂੰ ਕਿੰਨਾ ਸੁਣਦੇ ਹੋ, ਹਮੇਸ਼ਾ ਜਿਹੜਾ ਵਿਚਾਰ ਸਹੀ ਬੰਦਾ ਉਹ ਬਣਾ ਸਕਦਾ ਜੀ ਜਿਹੜਾ ਦੂਸਰਿਆਂ ਨੂੰ ਸੁਣਦਾ, ਦੂਸਰਿਆਂ ਨੂੰ ਪੜ੍ਹਦਾ। ਤੇ ਪੜ੍ਹਨ ਪੜ੍ਹਾਉਣ ਵਾਲਾ ਜਿਹੜਾ ਜੀ ਉਹ ਮੇਰਾ ਖਿਆਲ ਸਿਸਟਮ ਮੁੱਕ ਗਿਆ ਹੋਇਆ। ਪਿਛਲੇ ਕੁਛ ਸਮੇਂ ਤੋਂ ਜਿਹੜੇ ਐਕਸਪਰਟ ਲੋਕ ਨੇ ਉਹ ਲਗਾਤਾਰ ਇਸ ਮਾਮਲੇ ਦੇ ਉੱਤੇ ਤੱਥਾਂ ਦੇ ਸਹਿਤ ਜਾਣਕਾਰੀ ਜਿਹੜੀ ਹੈ ਜੀ ਉਹ ਦੇ ਰਹੇ ਆ। ਮੈਂ ਅੱਜ ਵੀ ਸੰਪਾਦਕੀ ਪੜ੍ਹ ਰਿਹਾ ਸੀਗਾ ਪੰਜਾਬੀ ਟ੍ਰਿਬਿਊਨ ਦੀ, ਉਹਦੇ ਵਿੱਚ ਇਹ ਚੀਜ਼ਾਂ ਬੜੀਆਂ ਜਿਹੜੀਆਂ ਦੀ ਉਹ ਉਭਾਰੀਆਂ ਗਈਆਂ ਨੇ। ਮੈਂ ਆਪਣੇ ਪੇਜ ਦੇ ਉੱਤੇ ਸਾਂਝੀ ਕੀਤੀ ਹੈ ਜੇ ਕਿਸੇ ਨੇ ਪੜ੍ਹਨੀ ਹੋਵੇ ਤਾਂ, ਕਿ ਇਹ ਆਰਡੀਨੈਂਸ ਜਿਹੜੇ ਨੇ ਉਹ ਪੰਜਾਬ ਦੀ ਕਿਸਾਨੀ ਨੂੰ ਕਿਵੇਂ ਨਿਗਲ ਜਾਣਗੇ। ਦੂਜੇ ਪਾਸੇ ਕਾਂਗਰਸ ਔਰ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਸੁਖਬੀਰ ਨੂੰ ਇਹ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੁਰੀ ਇਹ ਦੱਸਣ ਕਿ ਆਰਡੀਨੈਂਸ ਨੂੰ ਰੱਦ ਕਰਨ ਦਾ ਜਿਹੜਾ ਪੇਸ਼ ਕੀਤਾ ਗਿਆ ਮਤਾ ਆ ਉਹ ਉਹਦੇ ਹੱਕ ਦੇ ਵਿੱਚ ਨੇ ਜਾਂ ਟੋਟਲੀ ਬੈਕਅਪ ਕਰ ਰਹੇ ਨੇ। ਉਹ ਕਹਿੰਦੇ ਜੇ ਤਾਂ ਸੁਖਬੀਰ ਸਿੰਘ ਬਾਦਲ ਹੁਰੀ ਟੋਟਲੀ ਬੈਕਅਪ ਕਰ ਰਹੇ ਆ ਤੇ ਲੋਕਾਂ ਨੂੰ ਤਾਂ ਵੀ ਦੱਸ ਦੇਣ, ਜੇ ਉਹ ਇਹਦਾ ਵਿਰੋਧ ਕਰ ਰਹੇ ਆ ਤੇ ਇਹਦੇ ਮਤੇ ਦੇ ਹੱਕ ਦੇ ਵਿੱਚ ਨੇ ਤਾਂ ਵੀ ਲੋਕਾਂ ਨੂੰ ਦੱਸ ਦੇਣ। ਇੱਕ ਪੰਜਾਬੀ ਦੀ ਕਹਾਵਤ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਸ਼ਾਇਦ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਇਹ ਲਾਗੂ ਜਿਹੜੀ ਦੀ ਹੁੰਦੀ ਹੈ। ਕੁਦਰਤ ਦੇ ਜਿਹੜੇ ਅਸੂਲ ਨੇ ਉਹ ਬਹੁਤ ਵੱਡੇ ਨੇ, ਕੁਦਰਤ ਜਿਹੜੀ ਆ ਉਹ ਬੰਦੇ ਨੂੰ ਸ਼ਾਇਦ ਥਾਂ ਟਿਕਾਣੇ ਰੱਖਣ ਦੇ ਵਾਸਤੇ ਖੁਦ ਹੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਅਖਵਾ ਦਿੰਦੀ ਆ। ਪੰਥਕ ਵੋਟ ਬੈਂਕ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਅਕਾਲੀ ਦਲ ਦੇ ਹੱਥੋਂ ਕਾਫੀ ਹੱਦ ਤੱਕ ਖਿਸਕ ਗਿਆ, ਉੱਥੇ ਕਿਸਾਨੀ ਜਿਹੜੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਇਹਦਾ ਵਿਰੋਧ ਕਰ ਰਹੀਆਂ ਨੇ। ਅਕਾਲੀ ਦਲ ਇਸ ਆਰਡੀਨੈਂਸ ਦੇ ਗੱਡ ਕੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜਾ ਹੋ ਗਿਆ ਤੇ ਕਿਤੇ ਨਾ ਕਿਤੇ ਕਿਸਾਨੀ ਵੋਟ ਬੈਂਕ ਜਿਹੜਾ ਜੀ ਉਹਦੇ ਹੱਥੋਂ ਖਿਸਕੂ ਖਿਸਕੂਗਾ ਜੀ, ਸਾਰਾ ਕੁਛ ਖਿਸਕੂਗਾ। ਜਦ ਇਹ ਤੁਸੀਂ ਬੇਅਦਬੀ ਦੀ ਗੱਲ ਕੀਤੀ ਉਦੋਂ ਨਹੀਂ ਬੋਲੇ ਤਾਂ ਉਹਦਾ ਇਹਨਾਂ ਨੂੰ ਭੁਗਤਣਾ ਪਊਗਾ ਸਾਰਾ ਕੁਛ। ਤੇ ਅੱਗੇ ਟਕਸਾਲੀ ਅਕਾਲੀ ਆਗੂਆਂ ਦੀ ਜੇ ਗੱਲ ਕਰੀਏ ਤਾਂ ਆਪਣੇ ਧੜੇ ਦੇ ਨਾਂ ਨਾਲੋਂ ਟਕਸਾਲੀ ਸ਼ਬਦ ਲਾਉਣ ਦੇ ਲਈ ਕਾਹਲੇ ਆ, ਕੀ ਕਾਰਨ ਹੈ? ਦੇਖੋ ਇਹ ਜਿਹੜੇ ਟਕਸਾਲੀ ਬਾਹਰ ਆਏ ਸੀਗੇ ਜੀ ਉਹਦਾ
ਕਾਰਨ ਜਿਹੜਾ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਬਹੁਤਾ ਲੋਕਾਂ ਨੂੰ ਜਿਹੜਾ ਜੀ ਵਿਸ਼ਵਾਸ ਨਹੀਂ ਸੀ, ਜਿਹੜਾ ਜਿਹੜੀ ਗੱਲ ਤੋਂ ਇਹ ਅਸਲ ਦੇ ਵਿੱਚ ਡੁੱਬੇ ਜਾਂ ਮੂੰਹ ਨਹੀਂ ਲੱਗਿਆ ਉਹ ਇਹ ਸੀਗਾ ਕਿ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਤੇ ਤੁਹਾਨੂੰ ਯਾਦ ਹੋਣਾ ਉਦੋਂ ਖਡੂਰ ਸਾਹਿਬ ਦੇ ਵਿੱਚ ਰਮਨਜੀਤ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀ, ਉਦੋਂ ਕਾਂਗਰਸ ਨੇ ਇਸ ਚੋਣ ਦਾ ਬਾਈਕਾਟ ਕਰਤਾ, ਆਮ ਆਦਮੀ ਪਾਰਟੀ ਨੇ ਬਾਈਕਾਟ ਕਰਤਾ ਤੇ ਉੱਥੋਂ ਇਹਨਾਂ ਨੇ ਟਿਕਟ ਦਿੱਤੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਮੁੰਡੇ ਨੂੰ। ਲੋਕੀ ਜਿਹੜਾ ਜੀ ਸਵਾਲ ਇਹ ਕਰਦੇ ਸੀ ਵੀ ਜੇ ਤੁਸੀਂ ਬੇਅਦਬੀ ਦੇ ਵਿਰੋਧ ਦੇ ਵਿੱਚ ਹੋ ਤੇ ਜਦੋਂ ਬੇਅਦਬੀ ਤੋਂ ਬਾਅਦ ਇਹ ਚੋਣ ਹੋਈ ਤੇ ਉੱਥੇ ਆਪਣੇ ਮੁੰਡੇ ਨੂੰ MLA ਬਣਾਉਣ ਦੇ ਵਾਸਤੇ ਤੁਸੀਂ ਉਦੋਂ ਬੇਅਦਬੀਆਂ ਜਿਹੜੀਆਂ ਸੀ ਉਹ ਭੁੱਲ ਗਏ, ਜਿਹਦੇ ਕਰਕੇ ਲੋਕਾਂ ਨੇ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਅਗਵਾਈ ਦੇ ਵਿੱਚ ਇਹ ਜਿਹੜਾ ਅਕਾਲੀ ਦਲ ਟਕਸਾਲੀ ਸੀ ਇਹਨੂੰ ਮੂੰਹ ਨਹੀਂ ਲਾਇਆ ਜੀ। ਇਹ ਪਤਾ ਅਕਾਲੀ ਦਲ ਟਕਸਾਲੀ ਨੂੰ ਵੀ ਹੈ ਕਿ ਉਹਦੀ ਹੋਂਦ ਜਿਹੜੀ ਨਹੀਂ ਕੋਈ ਬਣ ਰਹੀ। ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਅਕਾਲੀ ਦਲ ਟਕਸਾਲੀ ਨੇ ਹੱਥ ਪੈਰ ਮਾਰੇ ਸੀ ਚਾਰ ਚੁਫੇਰੇ ਕਿ ਕਿਸੇ ਨਾ ਕਿਸੇ ਨਾਲ ਸਮਝੌਤਾ ਹੋ ਜੇ ਆਮ ਆਦਮੀ ਪਾਰਟੀ ਦੇ ਨਾਲ। ਉਦੋਂ ਉਹਨਾਂ ਦਾ ਸਮਝੌਤਾ ਇਸ ਕਰਕੇ ਨਾ ਹੋਇਆ ਕਿ ਬੀਰ ਦਵਿੰਦਰ ਸਿੰਘ ਹੁਰੀ ਅੜ ਗਏ ਕਿ ਆਨੰਦਪੁਰ ਸਾਹਿਬ ਤੋਂ ਉਹੀ ਲੜਨਗੇ, ਉਸ ਸੀਟ ਦੇ ਉੱਤੇ ਉਹ ਕੋਈ ਸਮਝੌਤਾ ਕਰਨ ਦੇ ਵਾਸਤੇ ਤਿਆਰ ਨਹੀਂ। ਇਹ ਜਿਹੜੇ ਛੋਟੇ ਛੋਟੇ ਦਲ ਸੀਗੇ ਜੀ ਇਹਨਾਂ ਨੂੰ ਇਹ ਵੀ ਜਿਹੜਾ ਜੀ ਉਹ ਪਤਾ ਲੱਗ ਗਿਆ ਪਿਛਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ, ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਧੜਾ ਸੀਗਾ, ਚਾਹੇ ਉਹ ਬੈਂਚਾਂ ਦਾ ਜਿਹੜਾ ਜੀ ਉਹ ਧੜਾ ਹੈ, ਕਿ ਧੜੇ ਜਿਹੜੇ ਨਿੱਕੇ ਨਿੱਕੇ ਇਹ ਧੜੇ ਨੇ ਇਹਨਾਂ ਦੀ ਆਪਣੀ ਅੱਡਰੀ ਕੋਈ ਹੋਂਦ ਜਿਹੜੀ ਹੈ ਨਹੀਂ ਜੀ। ਜਿਹੜੀਆਂ ਡਿਵੈਲਪਮੈਂਟ ਪਿਛਲੇ ਕੁਛ ਦਿਨਾਂ ਤੋਂ ਹੋਈਆਂ ਨੇ ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀ ਸਰਬ ਪਾਰਟੀ ਮੀਟਿੰਗ ਹੈ ਉਹਦੇ ਵਿੱਚ ਜਿਵੇਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਨਾਲ ਬਿਠਾਇਆ ਗਿਆ, ਹਾਲਾਂਕਿ ਇਹਦੇ ਉੱਤੇ ਉਜਰ ਤਾਂ ਕੀਤਾ ਸੁਖ ਸਿੰਘ ਬਾਦਲ ਹੋਰਾਂ ਨੇ ਵੀ, ਪਰ ਉਹਨਾਂ ਦਾ ਉਜਰ ਜਿਹੜਾ ਚੱਲਿਆ ਨਹੀਂ ਬਹੁਤਾ। ਤੇ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਵੇਂ ਖੋਰਾ ਲਗਾਤਾਰ ਲਾਉਂਦੇ ਤੁਰੇ ਜਾ ਰਹੇ ਆ ਅਕਾਲੀ ਦਲ ਬਾਦਲ ਨੂੰ, ਉਹਦੇ ਨਾਲ ਜਿਹੜਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਿਹੜਾ ਕੱਦ ਹੈ ਸਿਆਸੀ ਤੌਰ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਵੱਧ ਰਿਹਾ ਪੰਜਾਬ ਦੇ 'ਚ। ਪਹਿਲਾਂ ਉਹ 2 ਜ਼ਿਲ੍ਹਿਆਂ ਤੱਕ ਸੀਮਿਤ ਸਨ, ਪਰ ਉਹ ਇਹ ਖੋਰਾ ਹੁਣ ਦੁਆਬੇ ਦੇ ਵਿੱਚ ਵੀ ਜਿਹੜਾ ਜੀ ਉਹ ਲਾ ਰਹੇ ਆ, ਮਾਝੇ ਦੇ ਵਿੱਚ ਵੀ ਲਾ ਰਹੇ ਆ, ਤੇ ਮਾਲਵੇ ਦੇ ਵਿੱਚ ਤਾਂ ਉਹਨਾਂ ਨੇ ਵੱਡੇ ਵੱਡੇ ਕੁਛ ਜਿਹੜੇ ਦੀ ਉਹ ਆਪਣੇ ਨਾਲ ਤੋਰੇ ਵੀ ਆ। ਔਰ ਇਹ ਵੀ ਕਿਹਾ ਜਾ ਰਿਹਾ ਕਿ ਆਉਂਦੇ ਕੁਛ ਦਿਨਾਂ ਦੇ ਦੌਰਾਨ ਕੁਛ ਹੋਰ ਬੰਦੇ ਇਹਨਾਂ ਦੇ ਨਾਲ ਆ ਰਹੇ ਆ, ਔਰ ਸੁਖਦੇਵ ਸਿੰਘ ਢੀਂਡਸਾ ਹੋਰੀ ਆਪਣੀ ਪਾਰਟੀ ਜਿਹੜੀ ਆ ਜੀ ਉਹ ਅਨਾਊਂਸ ਕਰ ਸਕਦੇ ਆ, ਜਿਹਦਾ ਇਸ਼ਾਰਾ ਵੀ ਉਹ ਕਰ ਰਹੇ ਆ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਅਕਾਲੀ ਦਲ ਟਕਸਾਲੀ ਆ, ਪਹਿਲਾਂ ਇਹਨਾਂ ਦੀ ਜਿਹੜੀ ਗੱਲਬਾਤ ਅੰਦਰ ਖਾਤੇ ਜਿਹੜੀ ਉਹ ਚੱਲਦੀ ਸੀ ਉਹ ਇਸ ਗੱਲ ਨੂੰ ਲੈ ਕੇ ਸੀ ਕਿ ਜਿਹੜੇ ਅੰਦਰੂਨੀ ਕੁਛ ਸੂਤਰ ਰਹੇ ਉਹ ਦੱਸਦੇ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਕਹਿੰਦੇ ਸੀ ਅਸੀਂ ਮਰਜ ਕਰ ਦਿੰਦੇ ਹਾਂ ਜਿਹੜਾ ਜੀ ਤੁਹਾਡੀ ਪਾਰਟੀ ਦੇ ਵਿੱਚ, ਜਾਂ ਇਹਦਾ ਨਾਂ ਤੁਸੀਂ ਰੱਖ ਲਓ, ਇੱਕ ਸਾਲ ਦੇ ਵਾਸਤੇ ਚਾਹੇ ਪ੍ਰਧਾਨ ਜਿਹੜਾ ਜੀ ਉਹ ਮੈਨੂੰ ਬਣਾ ਦਿਓ, ਬ੍ਰਹਮਪੁਰਾ ਸਾਹਿਬ ਜਿਹੜਾ ਜੀ ਰੌਲਾ ਪ੍ਰਧਾਨਗੀ ਦੇ ਨੇ। ਇਸ ਗੱਲ ਦੇ ਉੱਤੇ ਸਮਝੌਤਾ ਸੁਖਦੇਵ ਸਿੰਘ ਢੀਂਡਸਾ ਹੋਰੀ ਨਹੀਂ ਕਰਨਗੇ, ਨਾ ਜਿਹੜਾ ਜੀ ਉਹ ਕੀਤਾ ਉਹਨਾਂ ਨੇ, ਉਹ ਬਣਾ ਬੱਤਰ ਕੇ ਕਿਸੇ ਹੋਰ ਨੂੰ ਪ੍ਰਧਾਨ ਜਿਹੜਾ ਜੀ ਉਹ ਕਿਉਂ ਬਣਾਉਣਗੇ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਜਦੋਂ ਕਿ ਇਹ ਧੜਾ ਜਿਹੜਾ ਜੀ ਲਗਾਤਾਰ ਸਰਗਰਮ ਹੈ, ਉਹਨਾਂ ਦੀ ਸਰਗਰਮੀਆਂ ਨਜ਼ਰ ਆ ਰਹੀਆਂ ਨੇ ਥਾਂ ਥਾਂ, ਜਿਵੇਂ ਉਹ ਜਿਹੜੇ ਘਰੇ ਬੈਠੇ ਖਾਸ ਤੌਰ ਦੇ ਉੱਤੇ ਅਕਾਲੀ ਆਗੂ ਨੇ, ਤੁਸੀਂ ਇਹ ਕਹਿ ਲਓ ਕਿ ਸੁਖਬੀਰ ਬਾਦਲ ਤੋਂ ਪੀੜਿਤ, ਉਹਨਾਂ ਦੇ ਨਾਲ ਜਿਹੜਾ ਜੀ ਉਹ ਤੋਰ ਰਹੇ ਨੇ। ਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਅਕਾਲੀ ਦਲ ਟਕਸਾਲੀ ਆ ਉਹ ਵੀ ਹੁਣ ਇਹਦੇ ਵਿੱਚ ਮਰਜ ਹੋਣ ਦੇ ਵਾਸਤੇ ਪੂਰੀ ਤਿਆਰੀ ਜਿਹੜੀ ਜੀ ਉਹ ਕਰ ਬੈਠਾ। ਤੇ ਇਹ ਵੀ ਕਿਹਾ ਜਾ ਰਿਹਾ ਕਿ ਇਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੀ ਹੋਊਗਾ, ਪਰ ਨਾਲ ਧੜੇ ਦੇ ਉੱਤੇ ਕੀ ਲਾਇਆ ਜਾਊਗਾ ਇਹਦੇ ਉੱਤੇ ਵਿਚਾਰ ਹੋ ਰਹੀ ਹੈ, ਇਹਦੇ ਨਾਲ ਟਕਸਾਲੀ ਨਹੀਂ ਲੱਗੂਗਾ, ਇਹ ਲਗਭਗ ਜਿਹੜਾ ਜੀ ਉਹ ਤੈਅ ਦੱਸਿਆ ਜਾ ਰਿਹਾ। ਔਰ ਮੀਟਿੰਗ ਜਿਹੜੀਆਂ ਨੇ ਉਹ ਟਕਸਾਲੀ ਅਕਾਲੀ ਦਲ ਦੇ ਨਾਲ ਵੀ ਇਹਦੇ ਸੰਬੰਧੀ ਕਾਫੀ ਹੱਦ ਤੱਕ ਜਿਹੜੀਆਂ ਦੀ ਉਹ ਸਿਰੇ ਚੜ੍ਹ ਚੁੱਕੀਆਂ ਹੋਈਆਂ ਨੇ। ਆਉਂਦੇ ਦਿਨਾਂ ਦੇ ਦੌਰਾਨ ਇੱਕ ਨਵਾਂ ਜਿਹੜਾ ਜੀ ਅਕਾਲੀ ਦਲ ਹੈ ਉਹ ਹੋਂਦ ਦੇ ਵਿੱਚ ਜਿਹੜਾ ਉਹ ਆਊਗਾ। ਵੇਖਣਾ ਇਹ ਹੋਊਗਾ ਕਿ ਇਹ ਜਿਹੜਾ ਨਵਾਂ ਅਕਾਲੀ ਦਲ ਹੋਂਦ ਦੇ ਵਿੱਚ ਆਊਗਾ ਉਹ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹੀ ਆਉਣਾ। ਉਹ ਸੁਖਦੇਵ ਸਿੰਘ ਢੀਂਡਸਾ ਹੋਰੀ ਤਾਂ ਇਹ ਵੀ ਕਹਿੰਦੇ ਆ ਕਿ ਜਿਹੜਾ ਬਾਦਲ ਦਲ ਤੇ ਕਾਂਗਰਸ ਨੂੰ ਛੱਡ ਕੇ ਉਹ ਕਿਸੇ ਦੇ ਨਾਲ ਸਮਝੌਤਾ ਵੀ ਕਰਨ ਦੇ ਵਾਸਤੇ ਤਿਆਰ ਨੇ 2022 ਦੀਆਂ ਚੋਣਾਂ ਦੇ ਵਿੱਚ। ਵੀ ਟਕਸਾਲੀ ਤੇ ਇਹ ਜਿਹੜਾ ਸੁਖਦੇਵ ਸਿੰਘ ਢੀਂਡਸਾ ਹੋਰਾਂ ਵਾਲਾ ਧੜਾ ਆ ਇਹ ਜਦੋਂ ਮਿਲ ਜਾਂਦੇ ਆ ਤੇ ਫਿਰ ਉਦੋਂ ਬਾਅਦ ਕੀ ਇਹ ਡੈਂਟ ਹੋਰ ਵੱਡਾ ਜਿਹੜਾ ਜੀ ਉਹ ਪਾ ਦਿੰਦੇ ਆ ਬਾਦਲ ਦਲ ਨੂੰ, ਬਾਦਲ ਪਰਿਵਾਰ ਨੂੰ, ਕਿਉਂਕਿ ਬਾਦਲ ਦਲ ਦੇ ਨਾਲ ਉਹੀ ਜਿਹੜੇ ਉਹਨਾਂ ਦੇ ਖਾਸਮ ਖਾਸ ਨੇ ਉਹ ਰਹਿ ਗਏ ਨੇ, ਜਿਹਨਾਂ ਨੇ ਸ਼ਾਇਦ ਸਾਥ ਉਹਨਾਂ ਦਾ ਛੱਡਣਾ ਨਹੀਂ ਗਾ ਕੁਛ ਇੱਕ ਨੂੰ ਜਿਹੜਾ ਜੀ ਉਹ ਛੱਡ ਕੇ। ਉਹ ਤੇਲ ਵੇਖੋ, ਤੇਲ ਦੀ ਧਾਰ ਵੇਖੋ ਜਿਹੜਾ ਜੀ ਉਹ ਕਿਹਾ ਜਾ ਸਕਦਾ, ਜੇ ਤੁਸੀਂ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੇ ਬਿਆਨ ਜਿਹੜੇ ਆ ਜੀ ਆਰਡੀਨੈਂਸ ਦੇ ਬਾਰੇ ਦੇ ਉੱਤੇ ਸੁਣਦੇ ਪੜ੍ਹਦੇ ਹੋਵੋ ਤੇ ਉਹ ਥੋੜੇ ਜਿਹੇ ਬਾਕੀ ਬਾਦਲ ਦਲੀਆਂ ਦੇ ਨਾਲੋਂ ਵੱਖਰੇ ਨੇ।
ਸੋ ਇੱਥੇ ਥੋੜ੍ਹੀ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਿੱਲ ਜੁੱਲ ਉਹਨਾਂ ਦੇ ਵਿੱਚ ਜਿਹੜੀ ਜੀ ਉਹ ਹੋ ਸਕਦੀ ਆ, ਪਰ ਇੱਕ ਗੱਲ ਤਕਰੀਬਨ ਤਕਰੀਬਨ ਤੈਅ ਹੈ ਕਿ ਅਕਾਲੀ ਦਲ ਟਕਸਾਲੀ ਜਿਹੜਾ ਜੀ ਉਹ ਟਕਸਾਲੀ ਲਫ਼ਜ਼ ਜਿਹੜਾ ਜੀ ਉਹ ਛੱਡ ਕੇ ਅਕਾਲੀ ਦਲ ਦੇ ਵਿੱਚ ਮਰਜ ਹੋਣ ਲਈ ਤਿਆਰ ਹੈ ਢੀਂਡਸਾ ਧੜੇ ਦੇ ਨਾਲ। ਬਿਲਕੁਲ ਜੀ, ਲੀਡਰਾਂ ਦਾ ਹੀ ਬਣਨਾ, ਹਰੇਕ ਵਾਰੀ ਵੋਟਾਂ ਦੇ ਵਿੱਚ ਨਵੇਂ ਦਲ ਬਣ ਜਾਂਦੇ ਆ, ਧੜੇ ਬਣ ਜਾਂਦੇ, ਪਰ ਲੋਕ ਵਿਚਾਰੇ ਫਿਰ ਉਹਨਾਂ ਦੇ ਥੱਲੇ ਰਹਿੰਦੇ ਆ, ਉਹ ਹੀ ਲੋਕ ਵਾਰ ਵਾਰ ਆ ਜਾਂਦੇ। ਤਾਂ ਅੱਗੇ ਗੱਲ ਕਰਦੇ ਹਾਂ ਵੈਪਨ ਦੇ ਲਾਇਸੈਂਸ ਦੀ, ਅਤੇ ਉਸ ਦੇ ਉੱਤੇ ਹਥਿਆਰ ਕਹਿੰਦੇ ਹੁਣ ਇੱਕੋ ਹੀ ਰਹੂਗਾ। ਨਹੀਂ ਜੀ, ਦੋ ਰਹਿ ਸਕਦੇ ਆ, ਇਹ ਪਹਿਲਾਂ ਇਹ ਥੋੜੀਆਂ ਜਿਹੀਆਂ ਜੀ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲੇ ਵੈਪਨ ਇੱਥੇ ਪਏ ਆ, ਉਹ ਲੋਕੀ ਰੱਖਦੇ ਆ, ਪੁਰਾਤਨ ਪੁਰਾਣੇ ਨੇ ਜੀ, ਬਜ਼ੁਰਗਾਂ ਦੇ ਲਾਇਸੈਂਸ ਨੇ, ਫਿਰ ਅੱਗੋਂ ਉਹਨਾਂ ਨੇ ਰਿਨਿਊ ਜਿਹੜੇ ਜੀ ਕਰਵਾ ਲਏ ਆਪਣੇ ਨਾਂ ਦੇ ਉੱਤੇ। ਸੋ ਇਸ ਕਰਕੇ ਇਹਦੀ ਜਾਣਕਾਰੀ ਜਿਹੜੀ ਜੀ ਉਹ ਰੱਖਣੀ ਸਭ ਦੇ ਵਾਸਤੇ ਜ਼ਰੂਰੀ ਹੈ। ਕੇਂਦਰ ਦੀ ਸਰਕਾਰ ਨੇ ਇਹ ਜਿਹੜੇ ਹਥਿਆਰਾਂ ਦੇ ਸ਼ੌਕੀਨ ਨੇ ਉਹਨਾਂ ਨੂੰ ਇਹ ਝਟਕਾ ਦਿੱਤਾ, ਇਹਦੇ ਵਿੱਚ ਜਿਹੜੇ ਹਥਿਆਰਾਂ ਦੇ ਲਾਇਸੈਂਸ ਦੇ ਨਿਯਮ ਨੇ ਉਹਦੇ ਵਿੱਚ ਕੁਛ ਤਬਦੀਲੀਆਂ ਕੀਤੀਆਂ ਗਈਆਂ ਨੇ। ਹੁਣ ਕੋਈ ਵੀ ਇੱਕ ਲਾਇਸੈਂਸ ਜਿਹੜਾ ਵੈਪਨ ਲਾਇਸੈਂਸ ਹੈ ਉਹਦੇ ਉੱਤੇ ਦੋ ਵੈਪਨ ਰੱਖੇ ਜਾ ਸਕਦੇ ਆ। ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜੀ ਇਹ ਅਸਲਾ ਸੋਧ ਦੇ ਬਾਰੇ ਜਿਹੜੇ ਜਿੰਨੇ ਅਧਿਕਾਰੀ ਨੇ ਉਹਨਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਆ। ਇਹਦੇ ਵਿੱਚ ਦੋ ਤੋਂ ਵੱਧ ਹਥਿਆਰ ਰੱਖਣ ਵਾਲੇ ਜਿਹੜੇ ਅਸਲਾ ਲਾਇਸੈਂਸ ਹੋਲਡਰ ਨੇ ਉਹਨਾਂ ਨੂੰ 13 ਦਸੰਬਰ ਤੱਕ ਆਪਣੇ ਵਾਧੂ ਹਥਿਆਰ ਨੇੜਲੇ ਥਾਣੇ ਜਾਂ ਅਸਲਾ ਡੀਲਰ ਦੇ ਕੋਲੇ ਜਮ੍ਹਾਂ ਕਰਵਾਉਣੇ ਲਾਜ਼ਮੀ ਕਰਾਰ ਦਿੱਤਾ ਗਿਆ। ਹੁਕਮਾਂ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਨਵੀਆਂ ਸੋਧਾਂ ਦੇ ਮੁਤਾਬਕ ਕਾਨੂੰਨੀ ਕਾਰਵਾਈ ਦੇ ਵਾਸਤੇ ਜਿਹੜਾ ਜੀ ਉਹ ਆਖਿਆ ਗਿਆ। ਨਵਾਂ ਸੋਧ ਆਰਮਸ ਐਕਟ 2019 ਦੇ ਅਨੁਸਾਰ ਜਿਹੜਾ ਇਹ ਵੈਪਨ ਧਾਰਕ ਹੈ ਜਿਹਦੇ ਕੋਲ ਇਹ ਵੈਪਨ ਦਾ ਲਾਇਸੈਂਸ ਹੈ, 3 ਹਥਿਆਰਾਂ ਦੀ ਬਜਾਏ 2 ਹਥਿਆਰ ਰੱਖ ਸਕਦਾ। ਜਿਹਦੇ ਕੋਲ 2 ਤੋਂ ਜ਼ਿਆਦਾ ਹਥਿਆਰ ਨੇ ਉਹਨੂੰ 13 ਦਸੰਬਰ 2020 ਤੱਕ ਵਾਧੂ ਹਥਿਆਰ ਜਮ੍ਹਾਂ ਕਰਾਉਣੇ ਪੈਣਗੇ। ਆਰਮ ਫੋਰਸ ਦੇ ਮੈਂਬਰਸ ਨੂੰ ਆਪਣੀ ਯੂਨਿਟ ਦੇ ਅਸਲਾਖਾਨੇ ਦੇ 1 ਸਾਲ ਦੇ ਅੰਦਰ ਅੰਦਰ ਹਥਿਆਰ ਜਮ੍ਹਾਂ ਕਰਾਉਣਾ ਪਊਗਾ। ਅਸਲਾ ਲਾਇਸੈਂਸ ਦੀ ਮਿਆਦ 5 ਸਾਲ ਦੀ ਹੁਣ ਹੋ ਜੂਗੀ ਜੀ, ਜਿਹੜੀ ਕਿ ਪਹਿਲਾਂ 3 ਸਾਲ ਦੀ ਹੁੰਦੀ ਸੀਗੀ। ਨਵੀਆਂ ਸੋਧਾਂ ਦੇ ਮੁਤਾਬਕ ਜੇ ਕੋਈ ਵਿਅਕਤੀ ਜਨਤਕ ਇਕੱਠ, ਧਾਰਮਿਕ ਸਥਾਨ ਜਾਂ ਵਿਆਹ ਸਮਾਗਮ ਦੇ ਮੌਕੇ ਕੋਈ ਲਾਪਰਵਾਹੀ ਜਾਂ ਅਣਗਹਿਲੀ ਦੇ ਨਾਲ ਗੋਲੀ ਚਲਾਉਂਦਾ, ਜਿਹੜੀਆਂ ਕਿ ਪੰਜਾਬ ਦੇ ਵਿੱਚ ਅਕਸਰ ਚੱਲਦੀਆਂ ਨੇ, ਜਿਹੜੀਆਂ ਮਨੁੱਖੀ ਜਾਨ ਨੂੰ ਖਤਰਾ ਹੋਵੇ, ਤਾਂ ਉਹਦੇ ਵਿੱਚ ਹੁਣ ਘੱਟੋ ਘੱਟ 2 ਸਾਲ ਦੀ ਕੈਦ ਦੀ ਸਜ਼ਾ ਤੇ 1 ਲੱਖ ਰੁਪਈਆ ਜੁਰਮਾਨਾ ਜਾਂ ਦੋਵਾਂ ਜਿਹੜਾ ਦੀ ਹੋ ਸਕਦਾ ਹੈ। ਪੁਲਿਸ ਜਾਂ ਫੌਜ ਦੇ ਮੁਲਾਜ਼ਮ ਦਾ ਹਥਿਆਰ ਖੋਹਣ ਦੇ ਉੱਤੇ ਹੁਣ 10 ਸਾਲ ਦੀ ਕੈਦ ਦੀ ਸਜ਼ਾ ਜਿਹੜੀ ਹੋ ਸਕਦੀ ਹੈ। ਹਥਿਆਰ ਰੱਖਣ ਦੇ ਮਾਮਲੇ ਦੇ ਵਿੱਚ ਪੰਜਾਬ ਦੇਸ਼ ਦੇ 2 ਨੰਬਰ ਦੇ ਉੱਤੇ ਹੈ, ਉੱਤਰ ਪ੍ਰਦੇਸ਼ 1 ਨੰਬਰ ਦੇ ਉੱਤੇ ਆ। ਪੰਜਾਬ ਦੇ ਲੋਕਾਂ 'ਚ ਹਥਿਆਰ ਰੱਖਣ ਦਾ ਜਿਹੜਾ ਸ਼ੌਕ ਕਿੰਨਾ ਕੁ ਹੈ ਇਹ ਸਭ ਨੂੰ ਪਤਾ ਹੈ। ਹਰ 18ਵੇਂ ਪਰਿਵਾਰ ਦੇ ਕੋਲੇ ਲਾਇਸੈਂਸੀ ਹਥਿਆਰ ਹੈ। ਬਗੈਰ ਲਾਇਸੈਂਸੀ ਕਿੰਨੇ ਹਥਿਆਰ ਨੇ ਇਹਦੀ ਕੋਈ ਗਿਣਤੀ ਮਿਣਤੀ ਨਹੀਂ। ਉੱਤਰ ਪ੍ਰਦੇਸ਼ 1 ਨੰਬਰ ਦੇ ਉੱਤੇ ਜ਼ਰੂਰ ਆ ਹਥਿਆਰ ਦੇ ਮਾਮਲੇ 'ਚ, ਪਰ ਜੇ ਆਪਾਂ ਜਿਹੜਾ ਖੇਤਰਫਲ ਦੇ ਹਿਸਾਬ ਦੇ ਨਾਲ ਹਿਸਾਬ ਲਾਈਏ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਹਿਸਾਬ ਲਾਈਏ, ਤੇ ਪੰਜਾਬ 1 ਨੰਬਰ ਦੇ ਸਕਦਾ। ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ, ਉਹਦੇ ਮੁਕਾਬਲੇ ਜਿਹੜਾ ਜੀ ਪੰਜਾਬ ਦੀ ਜਿਹੜੀ ਵਸੋਂ ਹੈ ਉਹ ਘੱਟ ਹੈ, ਪੰਜਾਬ ਦਾ ਖੇਤਰਫਲ ਦਾ ਏਰੀਆ ਜਿਹੜਾ ਜੀ ਘੱਟ ਹੈ, ਫਿਰ ਵੀ ਇੱਥੇ ਜਿਹੜਾ ਜੀ ਉਹ ਵੈਪਨ ਬਹੁਤ ਨੇ। ਔਰ ਜਿਹੜੀ ਪਿਛਲੇ ਸਮੇਂ ਤੋਂ ਇੱਕ ਗੱਲ ਜਿਹੜੀ ਸਾਹਮਣੇ ਆਉਂਦੀ ਰਹੀ ਆ, ਆਪਾਂ ਗੱਲ ਜਿਹੜੀ ਵੀ ਉਹ ਕਰਦੇ ਰਹੇ ਕਿ ਇੱਥੇ ਕਿੰਨੇ ਗੈਂਗਸਟਰ ਨੇ, ਇਹ ਕਿਹਾ ਜਾਂਦਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਹਥਿਆਰ ਨੇ, ਗੈਰ ਲਾਇਸੈਂਸ ਜਿਹੜੇ ਹਥਿਆਰ ਨੇ, ਉਹਨਾਂ ਦੀ ਖਪਤ ਦੇ ਵਾਸਤੇ ਇੱਕ ਵੱਡੀ ਮੰਡੀ ਪੰਜਾਬ ਹੈ। ਕਿਸੇ ਸਮੇਂ ਇਹ ਜ਼ਿਆਦਾ ਜਿਹਨੂੰ ਕੱਟਾ ਕਹਿੰਦੇ ਆ, ਇਹ ਇਹਨਾਂ ਦੀ ਬਿਹਾਰ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਿੱਚ ਲਾਗਤ ਜ਼ਿਆਦਾ ਹੁੰਦੀ ਸੀ, ਅੱਜ ਕੱਲ੍ਹ ਪੰਜਾਬ ਦੇ ਵਿੱਚ ਬਹੁਤ ਇਹਦੀ ਜਿਹੜੀ ਦੀ ਉਹ ਮੰਗ ਹੈ। ਕੱਟਾ ਜਿਹੜਾ ਹਥਿਆਰ ਹੈ ਉਹਦਾ ਨਾਮ ਉਹੋ ਜਿਹਾ ਹੈ, ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਜਿਹੜੇ ਇਹ ਅਸਲੀ ਜਿਹੜੇ ਹੈ ਨੇ ਵੈਪਨ, ਉਹਨਾਂ ਨਾਲੋਂ ਵੀ ਬਿਹਤਰ ਤਕਨੀਕ ਦੇ ਨਾਲ ਜਿਹੜਾ ਜੀ ਇਹ ਬਣਿਆ ਹੋਇਆ, ਔਰ ਕੁਝ ਪੈਸਿਆਂ ਦੇ ਵਿੱਚ ਜਿਹੜਾ ਜੀ ਉਹ ਇੱਥੇ ਪੰਜਾਬ ਦੇ ਵਿੱਚ ਅਵੇਲੇਬਲ ਹੋ ਜਾਂਦਾ। ਸੋ ਇਹ ਨਵੀਆਂ ਜਿਹੜੀਆਂ ਚੀਜ਼ਾਂ ਨੇ ਅਸਲੇ ਦੇ ਵਿੱਚ ਜਿਹੜੀਆਂ ਆ ਗਈਆਂ, ਇਹਦੇ ਵਿੱਚ ਇੱਕ ਜਿਹੜੀ ਮੇਨ ਨੋਟ ਕਰਨ ਵਾਲੀ 2 ਚੀਜ਼ਾਂ ਹੀ ਨੇ ਜੀ। ਇੱਕ ਤਾਂ 2 ਤੋਂ ਵੱਧ ਵੈਪਨ ਨਹੀਂ ਰੱਖੇ ਜਾ ਸਕਦੇ, ਜੇ ਕਿਸੇ ਦੇ ਕੋਲ ਇੱਥੇ ਹੈ ਤਾਂ ਉਹਨੂੰ ਦਸੰਬਰ 13 ਤੋਂ ਪਹਿਲਾਂ ਜਿਹੜਾ ਜੀ ਉਹ ਜਮ੍ਹਾਂ ਕਰਾਉਣਾ ਪਊਗਾ। ਸੈਕਿੰਡ ਆਪਸ਼ਨ ਜਿਹੜੀ ਆ ਜੀ ਉਹ ਥੋੜ੍ਹੀ ਜਿਹੀ ਇਹਦੇ ਵਿੱਚ ਇਹ ਬਿਹਤਰ ਹੋ ਗਿਆ ਕਿ ਹੁਣ 3 ਸਾਲ ਦੇ ਵਾਸਤੇ ਰਿਨਿਊ ਨਹੀਂ, ਬਲਕਿ 5 ਸਾਲ ਦੇ ਵਾਸਤੇ ਇਹ ਰਿਨਿਊ ਹੋ ਸਕੂਗਾ ਜੀ। ਜੇ ਵੈਪਨ ਜ਼ਿਆਦਾ ਤਾਂ ਹਾਲਾਤ ਵੀ ਉਹਨਾਂ ਸਟੇਟਾਂ ਵਰਗੇ ਹੀ ਕਰ ਦਿੱਤੇ ਆ। ਅਤੇ ਅੱਗੇ ਗੱਲ ਕਰਦੇ ਹਾਂ ਅਸਮਾਨੀ ਬਿਜਲੀ ਦੀ, ਜਿਹੜੀ ਡਿੱਗੀ ਸੀਗੀ ਉਹ ਬਿਹਾਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵੱਲ, ਉਸ ਨਾਲ ਮਰਨ ਵਾਲਿਆਂ ਦੀ ਗਿਣਤੀ 100 ਹੋਈ। ਤੁਸੀਂ ਦੇਖੋ ਨੇਚਰ ਜਿਹੜੀ ਆ ਜੀ ਉਹ ਕਿਸ ਤਰੀਕੇ ਦੇ ਨਾਲ ਮਨੁੱਖ ਨੂੰ ਚਫੇਰਿਓਂ ਘੇਰੀ ਬੈਠੀ ਆ। ਉਸ ਮਨੁੱਖ ਨੂੰ ਜਿਹਨੇ ਨੇਚਰ ਦੀ ਅਈ ਤਈ ਫੇਰ ਕੇ ਜਿਹੜਾ ਜੀ ਰੱਖ ਦਿੱਤੀ ਪਿਛਲੇ ਸਮਿਆਂ ਦੇ ਦੌਰਾਨ,
ਉਹਨੇ ਕਿਸੇ ਨੂੰ ਸਾਹ ਲੈਣ ਜੋਗਾ ਜਿਹੜਾ ਜੀ ਇਹਨੇ ਛੱਡਿਆ। ਜਿਉਂ ਇਹ ਮਹਾਂਮਾਰੀ ਜਿਹੜੀ ਆ ਜੀ ਉਹ ਆਈ ਆ, ਉਸ ਤੋਂ ਬਾਅਦ ਤਾਂ ਖਾਸ ਤੌਰ ਦੇ ਉੱਤੇ ਕੁਛ ਏਰੀਆ ਇਸ ਤਰ੍ਹਾਂ ਦੇ ਨੇ ਜੀ, ਉੱਥੇ ਤਾਂ ਇਹ ਹਾਲਾਤ ਪਿਛਲੇ ਕੁਛ ਦਿਨਾਂ ਦੌਰਾਨ ਬਣੇ ਰਹੇ ਆ ਕਿ ਸਵੇਰੇ ਭੁਚਾਲ ਸ਼ਾਮ ਨੂੰ ਭੁਚਾਲ। ਬੇਸ਼ੱਕ ਇਹ ਬਹੁਤ ਖਤਰਨਾਕ ਜਿਹੜਾ ਰਿਐਕਟਰ ਸਕੇਲ ਦੇ ਉੱਤੇ ਨਹੀਂ ਸੀ, ਪਰ ਇੰਨੇ ਭੁਚਾਲ ਆਉਣੇ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਮੀਂਹ ਪੈਂਦੇ ਆ ਉਹ ਇੰਨੀ ਤੇਜ਼ ਮੀਂਹ ਪੈਂਦੇ ਆ, ਚਾਹੇ ਉਹ ਅੱਧਾ ਘੰਟਾ ਪਵੇ ਘੰਟਾ ਪਵੇ, ਕਿ ਉਹ ਏਦਾਂ ਲੱਗਦਾ ਕਿ ਇਹ ਦਰਖਤ ਜੋ ਕੁਛ ਆ ਸਾਰਾ ਉਹਨੂੰ ਪੁੱਟ ਕੇ ਜਿਹੜਾ ਜੀ ਉਹ ਲੈ ਜਾਣਗੇ। ਗੁੱਸਾ ਜਿਹੜਾ ਨੇਚਰ ਦਾ ਉਹ ਕਿਤੇ ਨਾ ਕਿਤੇ ਦਿਸਦਾ। ਹੁਣ ਤੁਸੀਂ ਦੇਖੋ ਕਿ ਜਿਹੜੀ ਬਿਜਲੀ ਆ ਅਸਮਾਨੀ ਬਿਜਲੀ, ਉਹ ਅਕਸਰ ਆਪਾਂ ਉਹਦੀ ਗੱਲ ਜਿਹੜੀ ਜੀ ਉਹ ਸੁਣਦੇ ਹਾਂ ਕਿ ਫਲਾਂ ਏਰੀਏ ਦੇ ਵਿੱਚ ਅਸਮਾਨੀ ਬਿਜਲੀ ਜਿਹੜੀ ਉਹ ਡਿੱਗੀ ਤੇ ਉੱਥੇ ਦੋ ਜਾਣਿਆਂ ਦੀ ਡੈਥ ਹੋ ਗਈ, ਤਿੰਨ ਜਾਣਿਆਂ ਦੀ ਡੈਥ ਹੋ ਗਈ। ਔਰ ਇਹ ਸਿਆਣਿਆਂ ਦੀਆਂ ਕਹਾਵਤਾਂ ਨੇ ਕਿ ਵੱਟ ਨਾ ਵੱਟ ਛੱਡ ਜਾਂਦੀ ਆ ਬਿਜਲੀ ਜਿਹੜੀ, ਕਈ ਦਰਖਤਾਂ ਦੇ ਉੱਤੇ ਪੈਂਦੀ ਸੀ ਤੇ ਦਰਖਤ ਜਿਹੜਾ ਜੀ ਉਹ ਅੱਧਾ ਲਾ ਕੇ ਲੈ ਜਾਂਦੀ ਸੀ, ਅੱਧਾ ਦਰਖਤ ਖੜਾ ਰਹਿੰਦਾ ਸੀ, ਮਤਲਬ ਕਿ ਇਸ ਤਰੀਕੇ ਨਾਲ ਪੈਂਦੀ। ਪਰ ਆਹ ਜਿਹੜੀ ਬਿਜਲੀ ਜਿਸ ਤਰੀਕੇ ਨਾਲ ਡਿੱਗੀ ਆ, ਇਹ ਨੇਚਰ ਬਿਲਕੁਲ ਉਹਦਾ ਇੱਕ ਵੱਖਰੀ ਜਿਹੜੀ ਚੀਜ਼ ਪੇਸ਼ ਆਈ। ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਚੌ ਸੂਬਿਆਂ ਦੇ ਵਿੱਚ ਇਹ ਬਿਜਲੀ ਜਿਹੜੀ ਉਹ ਡਿੱਗੀ ਔਰ 135 ਲੋਕਾਂ ਦੀ ਜਾਨ ਜਿਹੜੀ ਦੀ ਉਹ ਚਲੇ ਗਈ ਇਸ ਅਸਮਾਨੀ ਬਿਜਲੀ ਦੇ ਨਾਲ। ਬਿਹਾਰ ਦੇ 24 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਜ਼ਿਆਦਾ 100 ਮੌਤਾਂ ਹੋਈਆਂ ਨੇ, ਉੱਤਰ ਪ੍ਰਦੇਸ਼ 24, ਝਾਰਖੰਡ 8, ਪੱਛਮੀ ਬੰਗਾਲ ਦੇ ਵਿੱਚ 3 ਲੋਕਾਂ ਦੀ ਜਾਨ ਜਿਹੜੀ ਹੈ ਜੀ ਉਹ ਗਈ ਹੈ। ਔਰ ਹੁਣ ਮੌਸਮ ਵਿਭਾਗ ਕਹਿੰਦਾ ਜੀ ਕਿ ਅਗਲੇ ਅਲਰਟ ਉਹਨੇ ਜਾਰੀ ਕੀਤਾ ਰੈੱਡ ਅਲਰਟ, ਕਿ ਭਾਰੀ ਮੀਂਹ ਤੇ ਬਿਜਲੀ ਡਿੱਗ ਸਕਦੀ ਆ। ਵੈਸੇ ਇਹ ਅਲਰਟ ਤਾਂ ਉਹੋ ਜਿਹੇ ਹੁੰਦੇ ਆ, ਜੇ ਅਲਰਟ ਹੁੰਦਾ ਤੇ ਪਹਿਲਾਂ ਵੀ ਇਹ ਦੱਸ ਸਕਦੇ ਸੀਗੇ। ਨੇਚਰ ਦੇ ਉੱਤੇ ਕੋਈ ਅਲਰਟ ਨਹੀਂ, ਇਹ ਗੱਲ ਜਿਹੜੀ ਮਨੁੱਖ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈ ਕਿ ਕਿਹੜੇ ਤਰੀਕੇ ਦੇ ਨਾਲ ਨੇਚਰ ਜਿਹੜੀ ਆ ਜੀ ਉਹ ਅਕਲ ਦੇਣ ਦੀ ਕੋਸ਼ਿਸ਼ ਬੰਦੇ ਨੂੰ ਕਰ ਰਹੀ ਆ, ਬੰਦਾ ਜਿਹੜਾ ਜੀ ਉਹ ਸਮਝ ਨਹੀਂ ਰਿਹਾ। ਬਿਹਾਰ ਦੇ ਗੋਪਾਲਗੰਜ ਦੇ ਵਿੱਚ ਬਿਜਲੀ ਡਿੱਗਣ ਦੇ ਨਾਲ ਸਭ ਤੋਂ ਜ਼ਿਆਦਾ 14 ਲੋਕਾਂ ਦੀ ਜਾਨ ਗਈ। ਮਧੂਬਨੀ ਨਵਾਦਾ ਦੇ ਵਿੱਚ 8, ਸੀਵਾਨ ਭਾਗਲਪੁਰ ਦੇ ਵਿੱਚ 6-6 ਲੋਕਾਂ ਦੀ ਮੌਤ ਹੋਈ। ਦਰਭੰਗਾ, ਪੂਰਬੀ ਚੰਪਾਰਨ, ਬਾਂਕਾ ਦੇ ਵਿੱਚ 5-5 ਲੋਕਾਂ ਦੀ ਜਾਨ ਜਿਹੜੀ ਹੈ ਜੀ ਉਹ ਗਈ ਹੈ। ਔਰ ਮੌਸਮ ਵਿਭਾਗ ਦੇ ਮੁਤਾਬਕ 3 ਸਿਸਟਮ ਇਸ ਵੇਲੇ ਜਿਹੜੇ ਜੀ ਉਹ ਐਕਟਿਵ ਨੇ। ਇਹਦੇ 'ਚ ਉੱਤਰੀ ਛੱਤੀਸਗੜ੍ਹ, ਮੱਧ ਪ੍ਰਦੇਸ਼ ਦੇ ਉੱਤੇ ਇੱਕ ਚੱਕਰਵਰਤੀ ਜਿਹੜੀਆਂ ਹਵਾਵਾਂ ਨੇ ਉਹਦਾ ਖੇਤਰ ਬਣਿਆ ਹੋਇਆ। ਇਹ ਸਿਸਟਮ ਹੌਲੀ ਹੌਲੀ ਉੱਤਰ ਪੂਰਬ ਵੱਲ ਨੂੰ ਵਧੂਗਾ। ਬਿਹਾਰ, ਪੂਰਬੀ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਵਿੱਚ ਪਹੁੰਚੂਗਾ। ਮਾਨਸੂਨ ਤਰਫ ਜਿਹੜਾ ਉਹ 27 ਜੂਨ ਤੱਕ ਤਰਾਈ ਖੇਤਰਾਂ ਦੇ ਵਿੱਚ ਜਿਹੜਾ ਜੀ ਰਹੂਗਾ, ਜਿਹਦੇ ਕਰਕੇ ਇਹ ਬਿਜਲੀ ਡਿੱਗਣ ਦੀ ਹੋਰ ਜਿਹੜੀ ਉਹ ਸੰਭਾਵਨਾ ਇਸ ਵੇਲੇ ਬਣੀ ਹੋਈ ਆ। ਵੈਸੇ ਜਿੰਨੀ ਕੁ ਮੇਰੀ ਨੌਲੇਜ ਹੈ ਜਾਂ ਜਿੰਨਾ ਜਿਹੜਾ ਜੀ ਉਹ ਸੁਣਿਆ, ਇਉਂ ਇਕੱਠੇ ਇੰਨੀ ਜਗ੍ਹਾ ਦੇ ਉੱਤੇ ਅਸਮਾਨੀ ਬਿਜਲੀ ਡਿੱਗੀ ਹੋਵੇ, ਇੰਨੀਆਂ ਜਿਹੜੀਆਂ ਜੀ ਉਹ ਮੌਤਾਂ ਹੋਈਆਂ ਹੋਣ, ਬਹੁਤ ਘੱਟ ਨੂੰ ਜਿਹੜਾ ਜੀ ਉਹ ਮਿਲਦਾ। ਔਰ ਨੇਚਰ ਹੈ, ਨੇਚਰ ਦੇ ਉੱਤੇ ਕੋਈ ਸਵਾਲ ਨਹੀਂ ਜੀ। ਤੇ ਜਾਂਦੇ ਜਾਂਦੇ ਗੱਲ ਕਰਦੇ ਹਾਂ ਕਰੋਨਾ ਦੀ, ਪੰਜਾਬ ਦੇ ਵਿੱਚ ਵੀ ਇਸਦੇ ਕੇਸ ਵੱਧ ਰਹੇ ਤੇ 7 ਹੋਰ ਮੌਤਾਂ ਹੋਈਆਂ। ਦੇਖੋ, ਕੇਸ ਓਵਰਆਲ ਜਿਹੜੀ ਉਹ ਮੁਲਕ ਦੇ ਵਿੱਚ ਵੀ ਉਸੇ ਤਰੀਕੇ ਨਾਲ ਵੱਧ ਰਿਹਾ, ਔਰ ਗਿਣਤੀ ਜਿਹੜੀ ਆ ਜੀ ਉਹ 5 ਲੱਖ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ। ਪਹਿਲਾਂ 9,000 ਤਕਰੀਬਨ ਰੋਜ਼ ਕੇਸ ਵੱਧਦੇ ਸੀਗੇ, ਇਹ ਗਿਣਤੀ ਮੁੜ ਕੇ 10,000 ਤੇ ਚਲੇਗੀ, ਫਿਰ 11 ਤੇ ਚਲੇਗੀ, 13 ਤੇ ਚਲੇਗੀ, ਫਿਰ 15 ਤੇ ਚਲੇਗੀ। ਪਿਛਲੇ 24 ਘੰਟਿਆਂ ਦੇ ਦੌਰਾਨ 18,185 ਨਵੇਂ ਕੇਸ ਜਿਹੜੇ ਵੀ ਸਾਹਮਣੇ ਆਏ, 401 ਡੈਥ ਜਿਹੜੀਆਂ ਦੀ ਉਹ ਹੋਈਆਂ। ਮੌਤਾਂ ਦੀ ਗਿਣਤੀ 15,000 ਨੂੰ ਕ੍ਰੋਸ ਕਰਦੀ, 15,308 ਜਿਹੜਾ ਜੀ। ਔਰ ਮਹਾਰਾਸ਼ਟਰ ਜਿਹੜਾ ਦੀ ਮੁਲਕ ਜਿਹੜਾ ਉਹ 5 ਲੱਖ ਵੱਲ ਨੂੰ ਵੱਧ ਰਿਹਾ, ਇਸ ਵੇਲੇ ਜਿਹੜੀ ਸਥਿਤੀ 4,91,170 ਹੈ। ਮਹਾਰਾਸ਼ਟਰ ਜਿਹੜਾ ਜੀ ਉਹ 1.5 ਲੱਖ ਵੱਲ ਨੂੰ ਤੇਜ਼ੀ ਨਾਲ ਵੱਧ ਰਿਹਾ, 1,47,741 ਕੇਸ ਜਿਹੜੇ ਦੀ ਇਹ ਚੁੱਕੇ ਆ। 192 ਮੌਤਾਂ ਜਿਹੜੀਆਂ 24 ਘੰਟਿਆਂ 'ਚ ਹੋਈਆਂ, 7,931 ਮੌਤਾਂ ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ। ਦਿੱਲੀ ਉਹਦੇ ਮਗਰ ਆ ਰਿਹਾ। ਵੈਸੇ ਇੱਥੇ ਇੱਕ ਗੱਲ ਨਹੀਂ ਭੁੱਲਣੀ ਚਾਹੀਦੀ, ਇਹ ਦੋ ਮਹਾਂਨਗਰਾਂ ਦੇ ਵਿੱਚ ਜਿੱਥੇ ਜ਼ਿਆਦਾ ਗਿਣਤੀ ਆ, ਇੱਥੇ ਟੈਸਟ ਵੀ ਸਭ ਤੋਂ ਜ਼ਿਆਦਾ ਹੋ ਰਹੇ ਆ, ਦਿੱਲੀ ਦੇ ਵਿੱਚ ਵੀ ਤੇ ਮੁੰਬਈ ਦੇ ਵਿੱਚ। ਦਿੱਲੀ 'ਚ 3,390 ਨਵੇਂ ਮਾਮਲੇ ਸਾਹਮਣੇ ਆਏ ਆ, 73,780 ਜਿਹੜੇ ਵੀ ਕੇਸ ਹੋ ਗਏ ਹੋਏ ਆ, 64 ਨਵੀਆਂ ਮੌਤਾਂ ਦੇ ਨਾਲ 2429 ਲੋਕ ਹੁਣ ਤੱਕ ਜਿਹੜਾ ਵੀ ਉਹ ਇੱਥੇ ਇਸ ਕੋਰੋਨਾ ਵਾਇਰਸ ਤੋਂ ਪੀੜਿਤ ਜਿਹੜੇ ਦੀ ਉਹਨਾਂ ਦੀ ਮੌਤ ਹੋਈ। ਹਰਿਆਣਾ ਜਿਹੜਾ ਵੀ ਉੱਥੇ ਵੀ ਤੇਜ਼ੀ ਨਾਲ ਕੇਸ ਵੱਧ ਰਹੇ ਆ, ਪੰਜਾਬ ਦਾ ਗੁਆਂਢੀ ਸੂਬਾ, 453 ਨਵੇਂ ਮਾਮਲੇ ਸਾਹਮਣੇ ਆਏ, 10 ਮੌਤਾਂ 24 ਘੰਟਿਆਂ 'ਚ ਹੋਈਆਂ, 198 ਗਿਣਤੀ ਹੋ ਗਈ ਮਰਨ ਵਾਲਿਆਂ ਦੀ, ਜਦੋਂ ਕਿ 12,463 ਕੇਸ ਜਿਹੜੇ ਦੀ ਹੋ ਗਏ। ਆਪਾਂ ਪੰਜਾਬ ਦੀ ਗੱਲ ਜਿਹੜੀ ਵੀ ਉਹ ਕਰੀਏ ਤੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ 142 ਨਵੇਂ ਕੇਸ ਸਾਹਮਣੇ ਆਏ, 7 ਮੌਤਾਂ ਜਿਹੜੀਆਂ ਦੀ ਉਹ 24 ਘੰਟਿਆਂ ਦੇ ਦੌਰਾਨ ਹੋਈਆਂ। ਪੰਜਾਬ ਦੇ ਵਿੱਚ 4769 ਕੇਸ ਜਿਹੜੇ ਦੀ ਉਹ ਸਾਹਮਣੇ ਆਏ, ਜਦੋਂ ਕਿ 120 ਜਿਹੜੀਆਂ ਦੀ ਉਹ ਮੌਤਾਂ ਹੁਣ ਤੱਕ
ਜਿਹੜੀਆਂ ਹੋ ਚੁੱਕੀਆਂ ਹੋਈਆਂ ਨੇ ਇਸ ਜਿਹੜਾ ਜੀ ਉਹ ਵਾਇਰਸ ਦੇ ਨਾਲ, ਕਰੋਨਾ ਵਾਇਰਸ ਦੇ ਨਾਲ। ਇਸ ਗੱਲ ਨੂੰ ਲੈ ਕੇ ਵੀ ਅਫਵਾਹਾਂ ਜਿਹੜੀਆਂ ਦੀ ਬੜੀ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ ਕਿ ਕੀ ਦੁਬਾਰਾ ਲੋਕਡਾਊਨ ਜਿਹੜਾ ਦੀ ਉਹ ਫੇਰ ਲੱਗਣ ਜਾ ਰਿਹਾ। ਜਿਹੜੇ ਸਿਹਤ ਮੰਤਰੀ ਨੇ ਉਹਨੇ ਇਸ ਮਾਮਲੇ 'ਚ ਹਾਥ ਸਿਰ ਹਿਲਾ ਕੇ ਜਿਹੜਾ ਜੀ ਇਹਨਾਂ ਅਫਵਾਹਾਂ ਨੂੰ ਹੋਰ ਤੇਜ਼ ਕਰਤਾ, ਹਾਲਾਂਕਿ ਰਿਐਲਿਟੀ ਸਭ ਨੂੰ ਪਤਾ ਕਿ ਕੀ ਲੋਕਡਾਊਨ ਮੁੜ ਕੇ ਜਿਹੜਾ ਦੀ ਉਹ ਲਾ ਕੇ ਉਹਨੂੰ ਕਾਬੂ ਕੀਤਾ ਜਾ ਸਕੂਗਾ। ਸ਼ਾਇਦ ਇਹਦਾ ਸਿਰ ਜਿਹੜਾ ਦੀ ਉਹ ਨਾਂ ਦੇ ਵਿੱਚ ਹਿੱਲਦਾ ਕਿ ਨਹੀਂ, ਇਸ ਤਰ੍ਹਾਂ ਜਿਹੜਾ ਜੀ ਉਹ ਲੋਕਡਾਊਨ ਦੁਬਾਰਾ ਨਹੀਂ ਹੋ ਸਕਦਾ। ਪਰ ਜਿੱਥੋਂ ਤੱਕ ਗੱਲ ਹੈ ਜੀ ਕਿ ਅਫਵਾਹਾਂ ਜਿਹੜੀਆਂ ਉਹ ਬੜੀ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਵੀ ਜਿਹੜੀਆਂ ਉਹ ਫੈਲ ਰਹੀਆਂ ਨੇ ਕਿ ਦੁਬਾਰਾ ਜਿਹੜਾ ਜੀ ਇਹ ਵੱਧ ਸਕਦਾ ਸੂਬਾ ਜਿਹੜਾ ਉਹ ਲੋਕਡਾਊਨ ਵੱਲ ਨੂੰ, ਜੇ ਗਿਣਤੀ ਇਸੇ ਤਰੀਕੇ ਨਾਲ ਜਾਰੀ ਰਹੀ। ਕੁਛ ਐਕਸਪਰਟ ਜਿਹੜੇ ਜੀ ਉਹ ਇਹ ਵੀ ਕਹਿ ਰਹੇ ਆ ਅਗਲੇ 10 ਕੁ ਦਿਨ ਬਹੁਤ ਖਤਰਨਾਕ ਨੇ, ਬੇਹੱਦ ਖਤਰਨਾਕ ਨੇ, ਔਰ ਇਹ ਸਭ ਤੋਂ ਉੱਚੇ ਜਿਹੜਾ ਦੀ ਉੱਥੇ ਜਾਣਗੇ ਇਸੇ ਕੇਸਾਂ ਦੀ ਜਿਹੜੀ ਗਿਣਤੀ ਆ। ਲੁਧਿਆਣੇ 'ਚ 19, ਮੁਕਤਸਰ 9, ਪਟਿਆਲੇ 'ਚ 8, ਮੋਗਾ ਅਤੇ ਕਪੂਰਥਲਾ ਦੇ ਵਿੱਚ 6-6, ਮੋਹਾਲੀ ਅਤੇ ਫਿਰੋਜ਼ਪੁਰ ਦੇ ਵਿੱਚ 4-4 ਨਵੇਂ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ। ਜੀ ਲੱਗਦਾ ਤਾਂ ਹੈ ਜੀ ਲੋਕਡਾਊਨ ਇੱਕ ਵਾਰੀ ਫਿਰ ਜ਼ਰੂਰ ਲੱਗੂਗਾ। ਬੜੀ ਮਿਹਰਬਾਨੀ ਬਲਤੇਜ ਪੰਨੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੋਣ, ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।